एवरीवन वेलकम टू करियर क्वेस्ट। होपफुली तो सारे वधिया होवोगे ते बहुत अच्छे तरीके दे नाल अपने एग्जाम्स की प्रिपरेशन कर रहे होवोगे। सो जिवें तुहाडे नाल वादा कीता सी कि आपां एक जो पंजाब दे हिस्ट्री एंड कल्चर दा टॉपिक है तुहाडे एग्जाम दे लई, पंजाब दे हर एक कॉम्पीटिटिव एग्जाम्स दे लई, तुहानूं पता है कि एक पंजाब हिस्ट्री एंड कल्चर दा एक पोर्शन है जो पुछया जांदा है 16 मार्क्स दा, उहदे रिवीजन करवाने के लिए या तुहानूं उहदी प्रैपरेशन करवाने के लिए एमसीक्यू फॉर्म दे विच तुहाडे नाल वादा कीता सी। उस वादे नूं आपां कंटिन्यू रखे इस सीरीज दे नाल। तुसीं सिर्फ की करना है, अगर तुहानूं सीरीज पसंद आ रही है, जिस तरीके नाल भी तुहानूं लग रहा है कि किसी चीज़ दे विच डाउट आ रहा है, अपना कॉमेंट बॉक्स दे विच अगर पसंद आ रही है तां वी अपने रिव्यूज कॉमेंट बॉक्स दे विच जरूर देने ने, लाइक एंड शेयर जरूर करना, ठीक है। सो चैनल नूं सबसक्राइब कर लियो तां जो तुहानूं अपकमिंग आने वाली वीडियोज भी तुहानूं उन्हां दी जो आइडिया है जां तुसीं कह दो कि उहदी इनफॉर्मेशन तुहानूं मिलदी रहे। सो आपां लास्ट वीडियो दे विच डिस्कस कीते सी कुछ क्वेश्चंस, ठीक है, कि 1849 तो बाद पंजाब दा जो सिनेरियो उह किस तरीके नाल रहा। उहदे विच आपां इक क्वेश्चन डिस्कस कीता सी, 59th क्वेश्चन डिस्कस कीता सी कि विच प्लेस हैज बिकम द मेन सेंटर ऑफ कोमेमोरेट सैक्रीफाइस ऑफ गदरिस्ट। ਇਹ ਕੀਤਾ ਸੀ ਕਿ ਜੋ ਗਦਰੀਆਂ ਦੀ ਕੁਰਬਾਨੀਆਂ ਦੀ ਯਾਦ ਦਿਵਾਉਣ ਲਈ ਕਿਹੜਾ ਸਥਾਨ ਮੁੱਖ ਕੇਂਦਰ ਬਣ ਗਿਆ ਹੈ, ਠੀਕ ਹੈ। ਤਾਂ ਇਸ ਕੁਐਸਚਨ ਦਾ ਆਂਸਰ ਜਲੰਧਰ ਸੀ, ਸੋ ਆਪਣਾ ਸਹੀ ਕਰ ਲਿਓ। ਇਹ ਕੁਐਸਚਨ ਦਾ ਆਂਸਰ ਲਾਹੌਰ ਬੋਲਿਆ ਗਿਆ ਸੀ, ਬਟ ਰਾਈਟ ਆਂਸਰ ਇਸ ਜਲੰਧਰ, ਠੀਕ ਹੈ। ਤਾਂ ਤੁਸੀਂ ਦੇਖ ਲਿਓ, ਨਾਓ ਅੱਜ ਦੇ ਕੁਐਸਚਨ ਨੂੰ ਆਪਾਂ ਡਿਸਕਸ ਕਰਦੇ ਹਾਂ। ਅੱਜ ਦੇ ਕੁਐਸਚਨ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਰਹਿਣਗੇ। ਜਿੰਨੀ ਐਡੀਸ਼ਨਲ ਇਨਫੋਰਮੇਸ਼ਨ ਲਿਖਵਾਈ ਜਾਂਦੀ ਹੈ ਉਹਨੂੰ ਨੋਟ ਡਾਊਨ ਕਰ ਲਿਆ ਕਰੋ, ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਰਹੇਗੀ, ਠੀਕ ਹੈ। ਅਗਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ। ਸੋ ਅੱਜ ਦਾ ਫਸਟ ਕੁਐਸਚਨ ਹੈ, ਕਹਿੰਦੇ ਹੂ ਅਮੰਗ ਦ ਫੋਲੋਇੰਗ ਵਾਜ਼ ਅ ਫਸਟ ਰੈਵੋਲਿਊਸ਼ਨਰੀ ਟੂ ਬੀ ਮਾਰਟਰਡ। ਕਹਿੰਦੇ ਕਿਹੜਾ ਪਹਿਲਾ ਰੈਵੋਲਿਊਸ਼ਨਰੀ ਹੋਇਆ ਹੈ ਜਿਸ ਨੂੰ ਕੀ ਕੀਤਾ ਗਿਆ ਸੀ, ਸ਼ਹੀਦ ਕੀਤਾ ਗਿਆ ਸੀ। ਸਾਨੂੰ ਪਤਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਸਾਡੀ 1885 ਦੇ ਵਿੱਚ ਬਣੀ ਸੀ, ਉਸਦੇ ਡਿਫਰੈਂਟ ਡਿਫਰੈਂਟ ਫੇਸਿਸ ਆਏ, ਉਹਨਾਂ ਨੂੰ ਡਿਫਰੈਂਟ ਡਿਫਰੈਂਟ ਨਾਮ ਦਿੱਤਾ ਗਿਆ ਲੀਡਰਸ ਦੇ ਬੇਸ ਦੇ ਉੱਤੇ, ਐਕਸਟ੍ਰੀਮਿਸਟ ਲੀਡਰ, ਰੈਵੋਲਿਊਸ਼ਨਰੀ ਲੀਡਰ, ਮਾਡਰੇਟ ਲੀਡਰ, ਠੀਕ ਹੈ। ਤਾਂ ਇਹਦੇ ਵਿੱਚ ਪੁੱਛਿਆ ਗਿਆ ਹੈ ਕਿ ਸਭ ਤੋਂ ਪਹਿਲਾ ਰੈਵੋਲਿਊਸ਼ਨਰੀ ਕਿਹੜਾ ਹੋਇਆ ਜਿਹੜਾ ਸ਼ਹੀਦ ਹੋਇਆ ਸੀ, ਠੀਕ ਹੈ। ਦੇਖੋ ਇਸ ਦੇ ਵਿੱਚ ਆਨਸਰ ਕੀ ਆਏਗਾ, ਆਪਸ਼ਨ ਬੀ ਕਰਤਾਰ ਸਿੰਘ ਸਰਾਭਾ ਜੀ, ਠੀਕ ਹੈ ਜੀ। ਕਰਤਾਰ ਸਿੰਘ ਸਰਾਭਾ ਸ਼ਹੀਦ ਕਦੋਂ ਹੋਏ ਸੀ, 17 ਨਵੰਬਰ 1915 ਦੇ ਵਿੱਚ ਸ਼ਹੀਦ ਹੋਏ ਸੀ। ਕਿਸ ਦੇ ਮੈਂਬਰ ਸੀ, ਇਹ ਗਦਰ ਪਾਰਟੀ ਦੇ ਜਾਂ ਗਦਰ ਮੂਵਮੈਂਟ ਦੇ ਮੈਂਬਰ ਸਨ। ਗਦਰ ਪਾਰਟੀ ਕਦੋਂ ਬਣੀ ਸੀ, ਮੂਵਮੈਂਟ ਕਦੋਂ ਚੱਲੀ ਸੀ, 1913 ਦੇ ਵਿੱਚ ਚੱਲੀ ਸੀ। ਇਹਦੇ ਹੈੱਡਕੁਆਰਟਰ ਕਿੱਥੇ ਸਨ, ਇਸਦੇ ਹੈੱਡਕੁਆਰਟਰ ਸਨ ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ ਸਨ। ਇਸਦੇ ਫਾਊਂਡਰ ਜਾਂ ਪ੍ਰੈਸੀਡੈਂਟ ਕਹਿ ਲਓ, ਪ੍ਰੈਸੀਡੈਂਟ ਕੌਣ ਸਨ, ਸੋਹਨ ਸਿੰਘ ਭਕਨਾ ਸਨ। ਜਾਂ ਫਿਰ ਇਸਦੇ ਇਹ ਗਦਰ ਕੀ ਸੀ, ਗਦਰ ਇੱਕ ਨਿਊਜ਼ ਪੇਪਰ ਸੀ ਜਿਸਦੇ ਐਡੀਟਰ ਕੌਣ ਸਨ, ਲਾਲਾ ਹਰਦਿਆਲ ਸਿੰਘ ਸਨ, ਇਹਦੇ ਕੀ ਐਡੀਟਰ ਸਨ। ਬੁਕਤੇਸ਼ਵਰ ਦੱਤ, ਬੁਕਤੇਸ਼ਵਰ ਦੱਤ ਕੌਣ ਸਨ, ਬੁਕਤੇਸ਼ਵਰ ਦੱਤ ਤੇ ਸ਼ਹੀਦ ਭਗਤ ਸਿੰਘ ਜੀ ਨੇ ਮਿਲ ਕੇ ਲੈਜਿਸਲੇਟਿਵ ਅਸੈਂਬਲੀ ਆਫ ਦਿੱਲੀ ਦੇ ਵਿੱਚ 1929 ਨੂੰ ਕੀ ਸਿੱਟਿਆ ਸੀ, ਬੰਬ ਸੁੱਟਿਆ ਸੀ ਤਾਂ ਜੋ ਬੋਲੀਆਂ ਸਰਕਾਰਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਾਈ ਜਾ ਸਕੇ, ਠੀਕ ਹੈ ਜੀ। ਨਾਓ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਕਹਿੰਦੇ ਵਟ ਵਾਜ਼ ਦ ਆਕੂਪੇਸ਼ਨ ਆਫ ਬਾਬਾ ਗੁਰਦਿੱਤ ਸਿੰਘ ਓਨਰ ਆਫ ਕਾਮਾਗਾਟਾ ਮਾਰੂ। ਜਿਵੇਂ ਆਪਾਂ ਕੱਲ ਦੇਖਿਆ ਕਿ ਕਾਮਾਗਾਟਾ ਮਾਰੂ ਹੈ ਕੀ ਸੀ, ਸਭ ਨੂੰ ਪਤਾ ਹੋਣਾ ਚਾਹੀਦਾ ਕਿ ਕਾਮਾਗਾਟਾ ਮਾਰੂ ਇੱਕ ਤਰੀਕੇ ਦੀ ਸਟੀਮਸ਼ਿਪ ਸੀ ਜੋ ਅਸੀਂ ਕਿੱਥੋਂ ਪਰਚੇਸ ਕੀਤੀ ਸੀ, ਜਪਾਨ ਤੋਂ ਪਰਚੇਸ ਕੀਤੀ ਸੀ। ਕਿਸਨੇ ਕੀਤੀ ਸੀ, ਬਾਬਾ ਗੁਰਦਿੱਤ ਸਿੰਘ। ਤੇ ਬਾਬਾ ਗੁਰਦਿੱਤ ਸਿੰਘ ਦਾ ਤੁਹਾਨੂੰ ਕੀ ਪੁੱਛਿਆ ਗਿਆ ਕਿ ਆਕੂਪੇਸ਼ਨ ਕੀ ਸੀ, ਉਹ ਕੰਮ ਕੀ ਕਰਦੇ ਸਨ, ਤਾਂ ਪਤਾ ਹੋਣਾ ਚਾਹੀਦਾ ਆਪਸ਼ਨ ਡੀ, ਉਹ ਇੱਕ ਕੰਟਰੈਕਟਰ ਸਨ, ਠੀਕ ਹੈ ਜੀ। ਉਹ ਕੀ ਸਨ, ਇੱਕ ਕੰਟਰੈਕਟਰ ਸਨ। ਬਾਬਾ ਗੁਰਦਿੱਤ ਜੀ ਹੈਗੇ ਕਿੱਥੋਂ ਦੇ ਸੀ, ਇਹ ਸਨ ਜੀ ਅੰਮ੍ਰਿਤਸਰ ਸਾਹਿਬ ਦੇ, ਠੀਕ ਹੈ, ਅੰਮ੍ਰਿਤਸਰ ਸਾਹਿਬ ਦੇ ਸਨ। ਕੌਣ, ਬਾਬਾ ਗੁਰਦਿੱਤ ਜੀ। ਸੋ ਇਸ ਤੋਂ ਇਲਾਵਾ ਪੁੱਛਿਆ ਜਾ ਸਕਦਾ ਕਿ ਕਾਮਾਗਾਟਾ ਬਾਰੂ ਬਣਿਆ ਕਦੋਂ ਸੀ, ਕਾਮਾਗਾਟਾ ਬਾਰੂ ਦਾ ਇਨਸੀਡੈਂਟ ਹੋਇਆ ਸੀ 1914 ਦੇ ਵਿੱਚ। ਇਹ ਕਿੱਥੇ ਨੂੰ ਗਏ ਸੀ, ਵੈਨਕੂਵਰ ਦੇ ਵਿੱਚ ਗਿਆ ਸੀ ਬਟ ਵਾਪਿਸ ਆ ਗਿਆ ਸੀ, ਠੀਕ ਹੈ, ਬੁਝਬੁਝ ਬੋਰਡ ਤੇ ਆ ਕੇ ਇਹ ਕੀ ਰੁਕਿਆ ਸੀ, ਕਲਕੱਤਾ ਬੁਝਬੁਝ ਬੋਰਡ ਤੇ ਆ ਕੇ ਇਹ ਰੁਕਿਆ ਸੀ। ਨੈਕਸਟ ਹੈ, ਕਹਿੰਦੇ ਕਾਮਾਗਾਟਾ ਮਾਰੂ ਬਿਲੋਂਗ ਟੂ ਵਿਚ ਕੰਟਰੀ। ਕਹਿੰਦੇ ਕਾਮਾਗਾਟਾ ਮਾਰੂ ਕਿਸ ਕੰਟਰੀ ਨੂੰ ਬਿਲੋਂਗ ਕਰਦਾ ਸੀ, ਆਲਰੇਡੀ ਮੈਂ ਦੱਸ ਚੁੱਕੀ ਆਪਸ਼ਨ ਸੀ, ਜਪਾਨ ਤੋਂ ਬਿਲੋਂਗ ਕਰਦਾ ਸੀ, ਇੱਕ ਸਟੀਮ ਸ਼ਿਪ ਸੀ। ਨੈਕਸਟ ਕੁਐਸਚਨ ਦੇ ਵਿੱਚ ਐਗਜ਼ਾਮੀਨਰ ਉਹੀ ਪੁੱਛ ਸਕਦਾ ਕਿ ਕਾਮਾਗਾਟਾ ਮਾਰੂ ਹੈ ਕੀ ਸੀ,
कामागैटा मारू एक जैपनीज स्टीमशिप सी जिसनों बाबा गुरदित्त सिंह जी ने की किया परचेज किया ठीक है वह की सन एक कॉन्ट्रैक्टर सन कितों के सन अमृतसर साहिब के सन नेक्स्ट है कहते वैन डिड जिलियांवाले बाग का इंसीडेंट कदों होया सी कहते वैन डिड जिलियांवाला बाग इंसीडेंट टेक प्लेस कहते जिलियांवाले बाग का जो इंसीडेंट सी हत्याकांड सी एक कदों होया सी ये उस सन दे विच होया सी जो बहुत सारे होर भी इंसीडेंट हुए सी कदों होया सी 13 अप्रैल 1919 दे विच ये इंसीडेंट होया सी इससे पहला ਇਹੇ ਜੋ ਫਾਰਮੇਸ਼ਨ ਇਨਸੀਡੈਂਟ ਹੋਇਆ ਸੀ ਕਿਸੇ ਹੋਰ ਇਹਦੇ ਬੈਕਗ੍ਰਾਉਂਡ ਕੁਛ ਹੋਰ ਸੀ ਠੀਕ ਹੈ ਜਿਵੇਂ ਸਾਨੂੰ ਪਤਾ ਹੈ ਕਿ 1919 ਦੇ ਵਿੱਚ ਹੋਰ ਵੀ ਕਈ ਐਕਟ ਹੋਏ ਜਿਵੇਂ ਖਿਲਾਫਤ ਮੂਵਮੈਂਟ ਸਟਾਰਟ ਹੋਈ ਸੀ ਜਿਵੇਂ 1919 ਦੇ ਵਿੱਚ ਰਾਇਲ ਟੈਕਟ ਪਾਸ ਕੀਤਾ ਗਿਆ ਸੀ ਰਾਇਲ ਟੈਕਟ ਕੀ ਸੀ ਰਾਇਲ ਟੈਕਟ ਨੂੰ ਬਲੈਕ ਐਕਟ ਵੀ ਕਿਹਾ ਜਾਂਦਾ ਸੀ ਬਲੈਕ ਐਕਟ ਇੱਕ ਤਰੀਕੇ ਦੀ ਇਹ ਐਮਰਜੈਂਸੀ ਸੀ ਜਿਸ ਨੂੰ ਕੀ ਕਿਹਾ ਜਾਂਦਾ ਹੈ ਨੋ ਵਕੀਲ ਨੋ ਦਲੀਲ ਐਂਡ ਨੋ ਅਪੀਲ ਨੋ ਅਪੀਲ ਨੋ ਵਕੀਲ ਐਂਡ ਨੋ ਦਲੀਲ ਕਿ ਕਿਸੇ ਦੀ ਕੋਈ ਦਲੀਲ ਨਹੀਂ ਸੁਣੀ ਜਾਏਗੀ ਕੋਈ ਵਕੀਲ ਨਹੀਂ ਕਰਨ ਦਿੱਤਾ ਜਾਏਗਾ ਕੋਈ ਅਪੀਲ ਨਹੀਂ ਸੁਣੀ ਜਾਏਗੀ ਇੰਡੀਅਨਸ ਨੂੰ ਜਿੰਨਾ ਬ੍ਰਿਟਿਸ਼ਰਸ ਨੂੰ ਜਿੰਨਾ ਇੰਡੀਅਨਸ ਦੇ ਉੱਤੇ ਸ਼ੱਕ ਹੁੰਦਾ ਹੈ ਉਹਨਾਂ ਨੂੰ ਜਸਟ ਅਰੈਸਟ ਕਰ ਲਿਆ ਜਾਏਗਾ ਸੋ ਇਸ ਐਕਟ ਦਾ ਕਰਦੇ ਪ੍ਰਦਰਸ਼ਨ ਕਰਦੇ ਹੋਏ ਦੋ ਸਾਡੇ ਪ੍ਰੋਮੀਨੈਂਟ ਲੀਡਰ ਡਾਕਟਰ ਸਤਿਆਪਾਲ ਤੇ ਸੈਫੂਦੀਨ ਕਿਚਲੂ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਇੱਕ ਤੁਸੀਂ ਪੀਸਫੁਲੀ ਗੈਦਰਿੰਗ ਜਾਂ ਤੁਸੀਂ ਕਹਿ ਦਿਓ ਕਿ ਵਿਦਆਊਟ ਆਰਮਸ ਇੱਕ ਗੈਦਰਿੰਗ ਕੀਤੀ ਗਈ ਸੀ ਜਲਿਆਂਵਾਲੇ ਬਾਗ ਦੇ ਵਿੱਚ ਤੇ ਉੱਥੇ ਕੀ ਕਰ ਦਿੱਤਾ ਗਿਆ ਸੀ ਉਹਨਾਂ ਲੋਕਾਂ ਦੇ ਉੱਤੇ ਜੋ ਇਹਨਾਂ ਦੋ ਪ੍ਰੋਮੀਨੈਂਟ ਲੀਡਰਸ ਨੂੰ ਰਿਹਾ ਕਰਵਾਉਣ ਦੇ ਲਈ ਉਸ ਗੈਦਰਿੰਗ ਦੇ ਵਿੱਚ ਇਕੱਠੇ ਹੋਏ ਸਨ ਉਹਨਾਂ ਦੇ ਉੱਤੇ ਗੋਲੀਆਂ ਚਲਾਉਣ ਦਾ ਕੀ ਦੇ ਦਿੱਤਾ ਗਿਆ ਸੀ ਹੁਕਮ ਦੇ ਦਿੱਤਾ ਗਿਆ ਸੀ ਨਾਓ ਨੈਕਸਟ ਕੁਐਸਚਨ ਹੈ ਕਹਿੰਦੇ ਵਟ ਵਾਸ ਦਾ ਮੇਨ ਰੀਜ਼ਨ ਫਾਰ ਗੈਦਰਿੰਗ ਇਨ ਦਾ ਜਲਿਆਂਵਾਲੇ ਬਾਗ ਕਹਿੰਦੇ ਜਿਹੜਾ ਜਲਿਆਂਵਾਲੇ ਬਾਗ ਦੇ ਵਿੱਚ ਪੀਸਫੁਲੀ ਵਿਦਆਊਟ ਆਰਮਸ ਲੋਕ ਇਕੱਠੇ ਹੋਏ ਸਨ ਉਹਦਾ ਕਾਰਨ ਕੀ ਸੀ ਜਿਵੇਂ ਮੈਂ ਦੱਸ ਚੁੱਕੀ ਹਾਂ ਕਿ ਰਾਇਲ ਐਕਟ ਦਾ ਵਿਰੋਧ ਕਰਦੇ ਹੋਏ ਰਾਇਲ ਐਕਟ ਨੂੰ ਜਾਂ ਰਾਇਲ ਐਕਟ ਨੂੰ ਖਤਮ ਕਰਨ ਦੇ ਲਈ ਵੀ ਕੁਝ ਚਲਾਇਆ ਗਿਆ ਸੀ ਉਹ ਅੱਗੇ ਫਰਦਰ ਗੱਲ ਕਰਦੇ ਆ ਪਹਿਲਾਂ ਇਹ ਗੱਲ ਕਰ ਲਈਏ ਕਿ ਇਸ ਐਕਟ ਦੇ ਜੋ ਇਸ ਐਕਟ ਨੂੰ ਖਤਮ ਕਰਨ ਦੇ ਲਈ ਕੀ ਚਲਾਇਆ ਗਿਆ ਸੀ ਰਾਇਲ ਐਕਟ ਜੋ 1919 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਪਾਸ ਹੋਇਆ ਸੀ ਇਸ ਨੂੰ ਖਤਮ ਕਰਨ ਦੇ ਲਈ ਰਾਇਲ ਸੱਤਿਆਗ੍ਰਹਿ ਚਲਾਇਆ ਗਿਆ ਸੀ ਠੀਕ ਹੈ ਰਾਇਲ ਸੱਤਿਆਗ੍ਰਹਿ ਕਿਸਨੇ ਚਲਾਇਆ ਸੀ ਮਹਾਤਮਾ ਗਾਂਧੀ ਨੇ ਚਲਾਇਆ ਸੀ ਤੇ ਇਸ ਸੱਤਿਆਗ੍ਰਹਿ ਨੂੰ ਮਹਾਤਮਾ ਗਾਂਧੀ ਜੀ ਨੇ ਵੀ ਕੀ ਕਿਹਾ ਸੀ ਹਿਮਾਲਿਅਨ ਬਲੰਡਰ ਠੀਕ ਹੈ ਕੀ ਕਿਹਾ ਸੀ ਹਿਮਾਲਿਅਨ ਬਲੰਡਰ ਕਿਹਾ ਸੀ ਕਿਉਂ ਕਿਹਾ ਸੀ ਗਾਂਧੀ ਜੀ ਨੇ ਸੱਤਿਆਗ੍ਰਹਿ ਨੂੰ ਹਿਮਾਲਿਅਨ ਬਲੰਡਰ ਕਿਉਂਕਿ ਗਾਂਧੀ ਜੀ ਨੇ ਇਸ ਸੱਤਿਆਗ੍ਰਹਿ ਨੂੰ ਸਟਾਰਟ ਤਾਂ ਕਰ ਲਿਆ ਸੀ ਇਸ ਐਕਟ ਨੂੰ ਖਤਮ ਕਰਵਾਉਣ ਦੇ ਲਈ ਬਟ ਇਸ ਐਕਟ ਦੇ ਇਸ ਸੱਤਿਆਗ੍ਰਹਿ ਦੇ ਦੌਰਾਨ ਬਹੁਤ ਸਾਰੇ ਤੁਸੀਂ ਕਹਿ ਦਿਓ ਕਿ ਬਹੁਤ ਸਾਰੇ ਵਾਇਲੈਂਟ ਐਕਟੀਵਿਟੀਜ਼ ਹੋਣ ਲੱਗ ਗਈਆਂ ਸੀ ਬੰਗਾਲ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਗਾਂਧੀ ਜੀ ਨੇ ਕਿਹਾ ਕਿ ਮੇਰਾ ਬਹੁਤ ਵੱਡਾ ਬਲੰਡਰ ਹੈ ਬਿਨਾਂ ਸੋਚੇ ਸਮਝੇ ਮੈਂ ਇਸ ਸੱਤਿਆਗ੍ਰਹਿ ਨੂੰ ਖਤਮ ਕਰ ਸ਼ੁਰੂ ਕੀਤਾ ਸੀ ਜਿਸ ਕਰਕੇ ਗਾਂਧੀ ਜੀ ਨੇ ਬਹੁਤ ਜਲਦੀ ਇਸ ਸੱਤਿਆਗ੍ਰਹਿ ਨੂੰ ਵਿਦਡਰਾ ਕਰ ਲਿਆ ਸੀ ਬਟ ਗਾਂਧੀ ਜੀ ਨੇ ਬੇਸ਼ੱਕ ਵਿਦਡਰਾ ਕਰ ਲਿਆ ਸੀ ਬਟ ਇਸ ਸੱਤਿਆਗ੍ਰਹਿ ਦੀ ਗੱਲਬਾਤ ਹੈ ਜੋ ਬਹੁਤ ਜ਼ਿਆਦਾ ਫੈਲ ਚੁੱਕੀ ਸੀ ਅਤੇ ਇਸ ਸੱਤਿਆਗ੍ਰਹਿ ਦਾ ਦੇ ਦੌਰਾਨ ਸਾਡੇ ਦੋ ਪ੍ਰੋਮੀਨੈਂਟ ਲੀਡਰ ਸਨ ਕੌਣ ਸਨ ਸੱਤਿਆਪਾਲ ਅਤੇ ਡਾਕਟਰ ਸੈਫੂਦੀਨ ਕਿਚਲੂ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਅਤੇ ਉਹਨਾਂ ਨੂੰ ਹੀ ਰਿਹਾ ਕਰਵਾਉਣ ਦੇ ਲਈ ਜਲਿਆਂਵਾਲੇ ਬਾਗ ਦੇ ਵਿੱਚ ਲੋਕ ਪੀਸਫੁਲੀ ਗੈਦਰ ਹੋਏ ਸਨ ਆਪਸ਼ਨ ਸੀ ਇਜ਼ ਆ ਰਾਈਟ ਆਨਸਰ ਸੋ ਹਰ ਚੀਜ਼ ਦਾ ਤੁਹਾਨੂੰ ਬੈਕਗ੍ਰਾਉਂਡ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਨੈਕਸਟ ਕੁਐਸਚਨ ਹੈ ਕਹਿੰਦੇ ਹੂ ਵਾਸ ਅ ਲੈਫਟੀਨੈਂਟ ਗਵਰਨਰ ਆਫ ਪੰਜਾਬ ਡਿਊਰਿੰਗ ਦਾ ਜਲਿਆਂਵਾਲੇ ਬਾਗ ਇਨਸੀਡੈਂਟ ਕਹਿੰਦੇ ਜਦੋਂ ਜਲਿਆਂਵਾਲੇ ਬਾਗ ਦਾ ਇਨਸੀਡੈਂਟ ਹੋਇਆ ਸੀ ਉਸ ਸਮੇਂ ਪੰਜਾਬ ਦੇ ਗਵਰਨਰ ਕੌਣ ਸਨ ਲੈਫਟੀਨੈਂਟ ਗਵਰਨਰ ਕੌਣ ਸਨ ਇਹ ਕੁਐਸਚਨ ਬਲੌਕ ਬਹੁਤ ਜ਼ਿਆਦਾ ਪ੍ਰਿਯ ਕੁਐਸਚਨ ਨੇ ਠੀਕ ਹੈ ਐਗਜ਼ਾਮੀਨਰਸ ਦੇ ਫੇਵਰੇਟ ਕੁਐਸਚਨ ਨੇ ਐਸੇ ਕੁਐਸਚਨ ਪੁੱਛ ਲਏ ਜਾਂਦੇ ਨੇ ਤੇ ਇਸ ਕੁਐਸਚਨ ਦਾ ਆਨਸਰ ਕੀ ਹੋਏਗਾ ਆਪਸ਼ਨ ਡੀ ਮਾਈਕਲ ਓਡਾਇਰ ਠੀਕ ਹੈ ਓ ਹੋ ਇਹ ਬੰਦਾ ਸੀ ਪੰਜਾਬ ਦਾ ਲੈਫਟੀਨੈਂਟ ਗਵਰਨਰ ਤੇ ਐਵੇਂ ਯਾਦ ਰੱਖ ਸਕਦੇ ਹੋ ਕਿਉਂਕਿ ਦੋ ਨਾਮ ਸੇਮ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਕ ਮਾਈਕਲ ਡਾਇਰ ਤੇ ਇੱਕ ਮਾਈਕਲ ਓਡਾਇਰ ਠੀਕ ਹੈ ਸੋ ਯਾਦ ਰੱਖਣ ਦੇ ਲਈ ਤੁਸੀਂ ਕਰ ਸਕਦੇ ਹੋ ਇਹ ਚੀਜ਼ਾਂ ਠੀਕ ਹੈ ਮਾਈਕਲ ਓਡਾਇਰ ਸਨ ਲੈਫਟੀਨੈਂਟ ਗਵਰਨਰ ਆਫ ਪੰਜਾਬ ਐਟ ਦੈਟ ਟਾਈਮ
नेक्स्ट है कहिंदे विच कमेटी वाज सेट अप फॉर द इंक्वायरी ऑफ जलियांवाले बाग इंसीडेंट। कहिंदे जो जलियांवाले बाग दे विच एडा हत्याकांड होया सी उससे दोषियों नू सजा दिवाउण दे लई केड़ी कमेटी बनाई गई सी। ए भी प्रीवियस ईयर एग्जाम दे विच क्वेश्चन पूछा गया ते केड़ी कमेटी बिठाई गई सी तो आंसर होएगा ऑप्शन ए हंटर कमेटी। हुण तुहानू दो चीजां देखण नू मिलणगीआं, एक हंटर कमीशन देखण नू मिलेगा, एक हंटर कमेटी। अगर पूछा जाए जिलियां वाले बाग दे रिलेटेड की है तो हंटर कमेटी है, ते हंटर कमीशन की है यह एजुकेशन दे रिगार्डिंग है। ठीक है, किदे रिगार्डिंग है? एजुकेशन दे कंसेप्ट दे रिगार्डिंग है। सबनों पता होना चाहिए कि 1813 दे विच पहली बार ब्रिटिशर्स ने गल की गई सी कि इंडियन दी एजुकेशन दे उत्ते 1,00,000 रुपया लगाया जाएगा। उस तो बाद इन्होंने की किया कि उन्होंने एक तरीके की चलन लग गई सी कन्फलिक्ट के जिहड़ी इंडियंस नूं एजुकेशन देनी है कि वह इंग्लिश होवे जां ओरिएंटिस्ट होवे, मतलब कि जां तो वह इंग्लिश भाषा दे विच दित्ती जावे जां फिर उन्हां दी मदर टंग दे विच दित्ती जावे। सो इस कन्फलिक्ट नूं जो जो दुविधा सी इस नूं रिजॉल्व किसने किया सी? मैकॉले ने रिजॉल्व किया सी। हुण मैकॉले कौन सी? मैकॉले नूं बई 1833 दे विच लॉ मैंबर बनाया गया सी। मैकॉले नूं मैकॉले की कहिंदा कि इंडियंस नूं जिहड़ी एजुकेशन दित्ती जाएगी वह किस भाषा दे विच दित्ती जाएगी? वह दित्ती जाएगी जी वैस्टर्न एजुकेशन, मतलब कि इंग्लिश भाषा दे विच सिक्ख्या दित्ती जाएगी इंडियंस नूं। इस तों बाद की होया सी कि इंडिया दी एजुकेशन दे लई एक चार्ल्स वुड्स बंदा आया सी, चार्ल्स वुड नाम दा बंदा आया सी जो की लेके आया सी वुड्स डिस्पैच एक्ट। केड़ा? वुड्स डिस्पैच एक्ट। ए वुड्स डिस्पैच एक्ट किस दे लई आया सी? इंडिया दी एजुकेशन दे लई, जिसनूं मैगना कार्टा ऑफ एजुकेशन कहा जांदा है। ठीक है जी, मैगना कार्टा ऑफ एजुकेशन किसनूं कहा जांदा है? वुड्स डिस्पैच एक्ट नूं। ए वुड्स डिस्पैच एक्ट आया कदों सी? यह आया सी जी साडा 1854 दे विच वुड्स डिस्पैच एक्ट दे आया सी। इसने कहा सी कि जिहड़ी इंडिया दे विच एजुकेशन दित्ती जानी चाहीदी है वह मास एजुकेशन दित्ती जानी चाहीदी है, कि असीं अपर क्लासिस नूं पढ़ावांगे, अपर क्लासिस दी रिस्पोंसिबिलिटी बनदी है कि वह लोअर क्लासिस नूं की देण? एजुकेशन देण। ठीक है, एक हायरार्की दे विच इह एजुकेशन सिस्टम नूं लैके आया सी चार्ल्स वुड। इसी ही रिकमेंडेशन दे उत्ते, चार्ल्स वुड्स दी रिकमेंडेशन दे उत्ते 1857 दे विच लॉर्ड डेहलोजी ने की किया सी? 3 यूनिवर्सिटीज बनाईयां सी। ठीक है, बॉम्बे, मद्रास ते कलकत्ते दे विच 3 यूनिवर्सिटीज बनीयां सी। नाउ नेक्स्ट क्वेश्चन दे मूव करदे हां। नेक्स्ट क्वेश्चन है जी साडा, कहिंदे व्हाट वाज द मेन एम ऑफ गुरुद्वारा रिफॉर्म मूवमेंट। कहिंदे जिहड़ा गुरुद्वारा रिफॉर्म मूवमेंट है इहदा मेन एम की सी? इसका मेन सी गुरुद्वारियां नूं महंतां तों मुक्त करवाउणा। ऑप्शन डी इज द राइट आंसर, टू मेक द गुरुद्वारास फ्री फ्रॉम महंत। ठीक है, महंतां दे जंगल चों गुरुद्वारियां नूं छडाउण दा ही गुरुद्वारा रिफॉर्म एक्ट दा मेन मंतव सी। नेक्स्ट है कहिंदे व्हेन वाज श्रोमणी गुरुद्वारा प्रबंधक कमेटी फॉर्म। कहिंदे जिहड़ी श्रोमणी गुरुद्वारा प्रबंधक कमेटी है जिहनूं SGPC कह दिंदे आपां, ठीक है, कहिंदे कदों बनी सी? ठीक है, सब नूं पता होना चाहिए। 19 देखो इन्होंने एग्जामिनर ने सारे दे विच 1920 पाता तो तुहानूं डेट पता होनी चाहिए कदों बनी सी। 15 नवंबर 1920 दे विच बनी सी। SGPC दी पहली लेडी प्रधान कौन बनी सी? बीबी जगीर कौर बनी सी। ठीक है, पहली लेडी प्रधान कौन बनी सी? बीबी जगीर कौर बनी सी। ते सब तो लंबा समा ऐसा प्रेसिडेंट ऑफ SGPC किसने सर्व किया? गुरचरण सिंह टौड़ा ने। ठीक है, गुरचरण सिंह टौड़ा सब तो लंबे समय दे लई SGPC दे की रहे ने प्रधान रहे ने। ठीक है जी, नाउ नेक्स्ट क्वेश्चन दे मूव करते हैं। कहिंदे हू वाज़ द फर्स्ट प्रेसिडेंट ऑफ श्रोमणी गुरुद्वारा प्रबंधक कमेटी। देखो आपां लेडी तां कर ले, पहले फीमेल कौन सन? पहले फीमेल सन बीबी जगीर कौर। कहिंदे हू वाज द फर्स्ट प्रेसिडेंट ऑफ श्रोमणी गुरुद्वारा प्रबंधक कमेटी। कहिंदे पहले प्रबंधक गुरुद्वारा जिहड़ी SGPC दे उहदे पहले प्रधान कौन बने सन? तां आंसर की होएगा? ऑप्शन सी सरदार सुंदर सिंह मजीठिया बने सन। बड़ा सोहना बंदा सी जिहड़ा SGPC दा पहला प्रधान बनिया सी, सरदार सुंदर सिंह मजीठिया, याद रख सकदे हो। हुण इत्थे मैं गल कीती कि बीबी जगीर कौर वाज फर्स्ट लेडी कौन सन? SGPC दे, क्योंकि सन प्रेसिडेंट बनी सी, फर्स्ट लेडी। ये भी पूछा जा सकता है कि पंजाब दी फर्स्ट लेडी
ਸਾਡੀ ਸੀਐਮ ਕੌਣ ਬਣੀ ਸੀ ਤਾਂ ਕੌਣ ਬਣੀ ਸੀ ਰਜਿੰਦਰ ਕੌਰ ਪੱਠਲ ਬਣੇ ਸਨ ਠੀਕ ਹੈ ਰਜਿੰਦਰ ਕੌਰ ਪੱਠਲ ਬਣੇ ਸਨ ਇੰਡੀਆ ਦੀ ਪਹਿਲੀ ਪ੍ਰਾਈਮ ਮਿਨਿਸਟਰ ਕੌਣ ਬਣੀ ਸੀ ਤਾਂ ਪਤਾ ਹੋਣਾ ਚਾਹੀਦਾ ਹੈ ਇੰਦਰਾ ਗਾਂਧੀ ਤੇ ਇੰਦਰਾ ਗਾਂਧੀ ਦੀ ਯਾਦ ਦੇ ਲਈ ਕਿਹੜਾ ਮੈਮੋਰੀਅਲ ਬਣਾਇਆ ਗਿਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸ਼ਕਤੀ ਸਥਲ ਕਿਹੜਾ ਬਣਾਇਆ ਗਿਆ ਸ਼ਕਤੀ ਸਥਲ ਬਣਾਇਆ ਗਿਆ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਫਸਟ ਲੇਡੀ ਜੋ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰੈਸੀਡੈਂਟ ਬਣੀ ਸੀ ਤਾਂ ਆਂਸਰ ਹੋਏਗਾ ਐਨੀ ਬੀਸੈਂਟ ਕਦੋਂ ਬਣੀ ਸੀ 1917 ਦੇ ਵਿੱਚ ਬਣੀ ਸੀ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਫਸਟ ਇੰਡੀਅਨ ਨੈਸ਼ਨਲ ਕਾਂਗਰਸ ਦੀ ਫਸਟ ਇੰਡੀਅਨ ਲੇਡੀ ਕੌਣ ਬਣੀ ਸੀ ਤਾਂ ਹੋਏਗਾ ਸਰੋਜਨੀ ਨਾਇਡੂ ਬਣੇ ਸਨ ਕੌਣ ਬਣੇ ਸਨ ਸਰੋਜਨੀ ਨਾਇਡੂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਪਹਿਲੀ ਕਿਸੇ ਸਟੇਟ ਦੀ ਲੇਡੀ ਗਵਰਨਰ ਕੌਣ ਬਣੀ ਸੀ ਫਸਟ ਲੇਡੀ ਗਵਰਨਰ ਕੌਣ ਬਣੀ ਸੀ ਤਾਂ ਸਰੋਜਨੀ ਨਾਇਡੂ ਬਣੇ ਸਨ ਠੀਕ ਹੈ ਮਹਾਤਮਾ ਗਾਂਧੀ ਜੀ ਨੂੰ ਇੰਡੀਅਨ ਸਿਵਲ ਜੋ ਕਿਹੜੀ ਮੂਵਮੈਂਟ ਸੀ ਉਹ ਸਿਵਲ ਡਿਸਓਬੀਡੈਂਸ ਮੂਵਮੈਂਟ ਦੇ ਵਿੱਚ ਜਦੋਂ ਉਹਨਾਂ ਨੇ ਡਾਂਡੀ ਮਾਰਚ ਕੀਤੀ ਸੀ ਤਾਂ ਕਿਹੜੀ ਲੇਡੀ ਸੀ ਜਿਹੜੀ ਉਹਨਾਂ ਦੇ ਨਾਲ ਲੀਡ ਕੀਤਾ ਸੀ ਤਾਂ ਉਹ ਵੀ ਸਰੋਜਨੀ ਨਾਇਡੂ ਸਨ ਠੀਕ ਹੈ ਇਸ ਤੋਂ ਇਲਾਵਾ ਪੁੱਛਿਆ ਜਾ ਸਕਦਾ ਹੈ ਕਿ ਕਿਸੇ ਸਟੇਟ ਦੇ ਪਹਿਲੀ ਚੀਫ ਮਿਨਿਸਟਰ ਲੇਡੀ ਕਿਹੜੀ ਬਣੀ ਸੀ ਠੀਕ ਹੈ ਤੇ ਇਹ ਵੀ ਪੁੱਛਿਆ ਜਾ ਸਕਦਾ ਤਾਂ ਆਂਸਰ ਕੀ ਹੋਏਗਾ ਜੇਪੀ ਕਿਰਪਲਾਨੀ ਦੀ ਵਾਈਫ ਸੀ ਸੁਚੇਤਾ ਕਿਰਪਲਾਨੀ ਠੀਕ ਹੈ ਕੌਣ ਬਣੀ ਸੀ ਸੁਚੇਤਾ ਕਿਰਪਲਾਨੀ ਪਹਿਲੀ ਆਈਪੀਐਸ ਆਫਿਸਰ ਪੰਜਾਬ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿਰਨ ਬੇਦੀ ਬਣੇ ਸਨ ਸੋ ਜਿਹੜੀ ਵੀ ਚੀਜ਼ ਪੁੱਛਿਆ ਜਾਵੇ ਠੀਕ ਹੈ ਜਿਵੇਂ ਸਾਡੇ ਕੋਆਪਰੇਟਿਵ ਬੈਂਕ ਦੇ ਵਿੱਚ ਕਲਰਕ ਦੇ ਵਿੱਚ ਪੁੱਛਿਆ ਗਿਆ ਸੀ 2021 ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਕਿ ਫਸਟ ਮਿਸ ਇੰਡੀਆ ਕੌਣ ਬਣੀ ਸੀ ਠੀਕ ਹੈ ਫਸਟ ਮਿਸ ਇੰਡੀਆ ਕੌਣ ਬਣੀ ਸੀ ਰੀਤਾ ਫੈਰੀ ਬਣੀ ਸੀ ਠੀਕ ਹੈ ਰੀਤਾ ਫੈਰੀ ਬਣੀ ਸੀ ਸੋ ਜੋ ਵੀ ਫਸਟ ਆਉਂਦਾ ਉਹਨੂੰ ਰੱਟ ਲਿਆ ਕਰੋ ਕਿਉਂਕਿ ਸਟੈਟਿਕ ਪੋਰਸ਼ਨ ਬਣ ਜਾਂਦਾ ਨਾਓ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਨੈਕਸਟ ਹੈ ਜੀ ਕਹਿੰਦੇ ਵੇਅਰ ਵਾਸ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਊਂਡ ਇਹਦਾ ਸਭ ਨੂੰ ਪਤਾ ਹੈ ਅੱਜ ਕੱਲ੍ਹ ਖ਼ਬਰਾਂ ਵੀ ਬਥੇਰੀਆਂ ਚੱਲਦੀਆਂ ਰਹਿੰਦੀਆਂ ਠੀਕ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜਿਹੜੀ ਪਹਿਲੀ ਕਹਿੰਦੇ ਵੇਅਰ ਵਾਸ ਅ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਊਂਡ ਕਿੱਥੇ ਫਾਊਂਡ ਕੀਤੀ ਗਈ ਸੀ ਆਪਸ਼ਨ ਏ ਕਿੱਥੇ ਫਾਊਂਡ ਕੀਤੀ ਗਈ ਸੀ ਜੀ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਤੇ ਅੰਮ੍ਰਿਤਸਰ ਫਾਊਂਡ ਕਿਸਨੇ ਕੀਤਾ ਸੀ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਕਿਸ ਦੇ ਕਹਿਣ ਦੇ ਉੱਤੇ ਕੀਤਾ ਸੀ ਇਹ ਕੀਤਾ ਗਿਆ ਸੀ ਗੁਰੂ ਅਮਰਦਾਸ ਜੀ ਦੇ ਕਹਿਣ ਦੇ ਉੱਤੇ ਕੰਸਟਰਕਸ਼ਨ ਵਰਕ ਕਿਸਨੇ ਕੰਪਲੀਟ ਕਰਵਾਇਆ ਗੁਰੂ ਅਰਜਨ ਦੇਵ ਜੀ ਨੇ ਕੰਪਲੀਟ ਕਰਵਾਇਆ ਸੀ ਲਾਵਾਂ ਜੋ ਸਾਡੇ ਲਾਵਾਂ ਨੇ ਜਾਂ ਆਨੰਦ ਕਾਰਜ ਨੇ ਠੀਕ ਹੈ ਕਿ ਆਨੰਦ ਕਾਰਜ ਨੇ ਇਹ ਕਿਸੇ ਦੁਆਰਾ ਲਿਖੇ ਗਏ ਸੀ ਗੁਰੂ ਰਾਮਦਾਸ ਜੀ ਦੇ ਦੁਆਰਾ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਕਿਹੜੀ ਬਾਣੀ ਲਿਖੀ ਗਈ ਸੀ ਤਾਂ ਸੁਖਮਨੀ ਸਾਹਿਬ ਠੀਕ ਹੈ ਕਿਹੜੀ ਬਾਣੀ ਲਿਖੀ ਗਈ ਸੀ ਸੁਖਮਨੀ ਸਾਹਿਬ ਲਿਖੀ ਗਈ ਸੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਠੀਕ ਹੈ ਆਨੰਦਪੁਰ ਸਾਹਿਬ ਕਿਹੜੇ ਗੁਰੂ ਸਾਹਿਬਾਨ ਨੇ ਵਸਾਇਆ ਆਨੰਦਪੁਰ ਸਾਹਿਬ 9th ਗੁਰੂ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਹੈ ਕਿਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਹੈ ਤੇ ਇਸ ਨੂੰ ਹੋਰ ਕੀ ਕਿਹਾ ਜਾਂਦਾ ਹੈ ਇਸ ਨੂੰ ਮੱਖੋਵਾਲ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਮੱਖੋਵਾਲ ਕਿਹਾ ਜਾਂਦਾ ਹੈ ਵਾਈਟ ਸਿਟੀ ਆਫ ਪੰਜਾਬ ਵੀ ਕਿਹਾ ਜਾਂਦਾ ਹੈ ਖਡੂਰ ਸਾਹਿਬ ਇਹ ਪਟਵਾਰੀ ਪ੍ਰੀ 2021 ਦੇ ਵਿੱਚ ਪੁੱਛਿਆ ਗਿਆ ਸੀ ਕਿ ਇਕਲੌਤੀ ਐਸੀ ਕਿਹੜੀ ਸਾਡੀ ਤਹਿਸੀਲ ਹੈ ਜਿਹਦੇ ਵਿੱਚ ਅਰਬਨ ਪਾਪੂਲੇਸ਼ਨ ਨਹੀਂ ਪਾਈ ਜਾਂਦੀ ਤਾਂ ਉਹ ਖਡੂਰ ਸਾਹਿਬ ਹੈ ਖਡੂਰ ਸਾਹਿਬ ਕਿਹੜੇ ਗੁਰੂ ਸਾਹਿਬਾਨ ਨੇ ਵਸਾਇਆ ਹੈ ਗੁਰੂ ਅੰਗਦ ਦੇਵ ਜੀ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਵਸਾਇਆ ਹੈ ਤੇ ਗੁਰੂ ਅੰਗਦ ਦੇਵ ਜੀ ਵਾਸ ਅ ਸੈਕਿੰਡ ਗੁਰੂ ਆਫ ਕਿਹਦੇ ਸੀ ਗੁਰੂ ਅੰਗਦ ਦੇਵ ਜੀ ਕੌਣ ਸਨ ਸੈਕਿੰਡ ਸਿੱਖਾਂ ਦੇ ਦੂਸਰੇ ਗੁਰੂ ਸਨ ਇਹਨਾਂ ਨੇ ਕੀ ਕੀਤਾ ਸੀ ਸਾਡੀ ਜੋ ਲਿਪੀ ਹੈ ਪੰਜਾਬੀ ਦੀ ਕਿਹੜੀ ਲਿਪੀ ਹੈ ਜੀ ਸਾਡੀ ਗੁਰਮੁਖੀ ਲਿਪੀ ਨੂੰ ਕੀ ਕੀਤਾ ਸੀ ਗੁਰਮੁਖੀ ਲਿਪੀ ਨੂੰ ਕੀ ਕੀਤਾ ਸੀ ਇਹਨਾਂ ਨੇ ਸਟੈਂਡਰਡਾਈਜ਼ ਕੀਤਾ ਸੀ ਇਹਨਾਂ ਨੇ ਕੀ ਕੀਤੇ ਸੀ ਮੱਲ ਅਖਾੜਾ ਠੀਕ ਹੈ ਮੱਲ ਅਖਾੜੇ ਵੀ ਬਣਾਏ ਸੀ ਗੁਰੂ ਅੰਗਦ ਦੇਵ ਜੀ ਨੇ ਤੇ ਗੁਰੂ ਅੰਗਦ ਦੇਵ ਜੀ ਦਾ ਪੁਰਾਣਾ ਨਾਮ ਕੀ ਸੀ ਗੁਰੂ ਅੰਗਦ ਦੇਵ ਜੀ ਦਾ ਪੁਰਾਣਾ ਨਾਮ ਹੈ ਜੀ ਭਾਈ ਲਹਿਣਾ ਜੀ ਕੀ ਸੀ ਜੀ ਭਾਈ ਲਹਿਣਾ ਜੀ ਬਾਬੇ ਭਾਈ ਬਾਲੇ ਵਾਲੀ ਸਾਖੀ ਠੀਕ ਹੈ ਜੀ ਭਾਈ ਬਾਲੇ ਵਾਲੀ ਸਾਖੀ ਭਾਈ ਬਾਲੇ ਵਾਲੀ ਸਾਖੀ ਕਿਸ ਕੀ ਚੀਜ਼ ਹੈ ਜੀ ਇਹ ਜੀਵਨੀ ਹੈ ਗੁਰੂ ਨਾਨਕ ਦੇਵ ਜੀ ਦੀ ਤੇ ਕਿਸਨੇ ਲਿਖਵਾਈ ਸੀ ਗੁਰੂ ਨਾਨਕ ਦੇਵ ਜੀ ਦੀ ਜੋ ਜੀਵਨੀ ਹੈ ਇਹ ਲਿਖਵਾਈ ਗਈ ਸੀ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਹੀ ਨੈਕਸਟ ਹੈ ਕਹਿੰਦੇ ਵਿੱਚ ਅਮੰਗ ਦਾ ਫੋਲੋਇੰਗ ਵਾਸ ਫਸਟ ਮੋਰਚਾ ਆਫ ਗੁਰਦੁਆਰਾ ਰਿਫੋਰਮ ਮੂਵਮੈਂਟ
ਕਹਿੰਦੇ ਗੁਰਦੁਆਰਾ ਰਿਫੋਰਮ ਦੀ ਮਤਲਬ ਗੁਰਦੁਆਰਾ ਨੂੰ ਮਹੰਤਾਂ ਤੋਂ ਛਡਵਾਉਣ ਦੇ ਲਈ ਸਭ ਤੋਂ ਪਹਿਲਾ ਮੋਰਚਾ ਕਿਹੜਾ ਚਲਾਇਆ ਗਿਆ ਸੀ? ਤਾਂ ਆਨਸਰ ਆਏਗਾ ਜੀ ਆਪਸ਼ਨ ਏ ਰਕਾਬਗੰਜ ਮੋਰਚਾ। ਕਦੋਂ ਚਲਾਇਆ ਗਿਆ ਸੀ? 1914 ਦੇ ਵਿੱਚ ਚਲਾਇਆ ਗਿਆ ਸੀ ਰਕਾਬਗੰਜ ਮੋਰਚਾ। ਜੈਤੋ ਦਾ ਮੋਰਚਾ ਕਦੋਂ ਚੱਲਿਆ ਸੀ? 1924 ਦੇ ਵਿੱਚ ਚੱਲਿਆ ਸੀ। ਗੁਰੂ ਕਾ ਬਾਗ ਮੋਰਚਾ 1922 ਦੇ ਵਿੱਚ ਚੱਲਿਆ ਸੀ। ਇਹ ਜੈਤੋ ਦਾ ਮੋਰਚਾ ਸੀ ਜਿਸ ਵਿੱਚ ਜਵਾਹਰ ਲਾਲ ਨਹਿਰੂ ਨੇ ਪਾਰਟੀਸਪੇਟ ਕੀਤਾ ਸੀ। ਨੈਕਸਟ ਹੈ ਕਹਿੰਦੇ ਵਟ ਵਾਜ ਦਾ ਮੇਨ ਆਬਜੈਕਟਿਵ ਆਫ ਅਕਾਲੀ ਮੋਰਚਾ ਲਾਂਚ ਅੰਦਰ ਦਾ ਗੁਰਦੁਆਰਾ ਰਿਫੋਰਮ ਮੂਵਮੈਂਟ। ਕਹਿੰਦੇ ਇਹਦਾ ਮੇਨ ਜਿਹੜੀ ਅਕਾਲੀਆਂ ਨੇ ਅਕਾਲੀ ਮੋਰਚਾ ਲਾਂਚ ਕੀਤਾ ਗਿਆ ਸੀ, ਕਹਿੰਦੇ ਉਹਦੇ ਵਿੱਚ ਜੋ ਗੁਰਦੁਆਰਾ ਰਿਫੋਰਮਸ ਦੇ ਲਈ ਕੀਤਾ ਗਿਆ ਸੀ, ਕਹਿੰਦੇ ਉਹਦਾ ਮੁੱਖ ਉਦੇਸ਼ ਕੀ ਸੀ? ਉਸਦਾ ਮੁੱਖ ਉਦੇਸ਼ ਸੀ ਇੰਪਰੂਵਿੰਗ ਗੁਰਦੁਆਰਾ, ਕਿ ਗੁਰਦੁਆਰਿਆਂ ਨੂੰ ਕੀ ਕਰਨਾ, ਇੰਪਰੂਵ ਕਰਨਾ। ਨੈਕਸਟ ਹੈ ਕਹਿੰਦੇ ਇਨ ਵਿੱਚ ਅਕਾਲੀ ਮੋਰਚਾ ਡਿਡ ਜਵਾਹਰ ਲਾਲ ਨਹਿਰੂ ਟੁੱਕ ਪਾਰਟ। ਹੁਣ ਉਹ ਬੱਚੇ ਆਨਸਰ ਕਰਨਗੇ ਜਿਹੜੇ ਧਿਆਨ ਨਾਲ ਇਸ ਵੀਡੀਓ ਨੂੰ ਦੇਖਦੇ ਨੇ, ਤੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਆਨਸਰ ਮਿਲਣਾ ਚਾਹੀਦਾ, ਕਿਉਂਕਿ ਲਾਸਟ ਕੁਐਸਚਨ ਦੇ ਵਿੱਚ ਹੀ ਮੈਂ ਇਸ ਕੁਐਸਚਨ ਦਾ ਆਨਸਰ ਦੱਸਿਆ। ਨੈਕਸਟ ਹੈ ਕਹਿੰਦੇ ਹੂ ਰੀਇਨਕੁਇਸਟ ਹਿਸ ਟਾਈਟਲ ਆਫ ਸਰ ਡਿਊ ਟੂ ਦਾ ਜਿਲਿਆ ਵਾਲਾ ਬਾਗ ਇੰਸੀਡੈਂਟ। ਕਹਿੰਦੇ ਕਿਸਨੇ ਆਪਣਾ ਸਰ ਦਾ ਟਾਈਟਲ ਰਿਟਰਨ ਕਰਤਾ ਸੀ, ਵਾਪਿਸ ਕਰਤਾ ਸੀ ਸਰ ਦਾ ਟਾਈਟਲ, ਠੀਕ ਹੈ, ਕਿੰਗ ਸੂਟ ਟਾਈਟਲ ਵੀ ਕਹਿ ਦਿੰਦੇ ਨੇ। ਕਿਸ ਬੰਦੇ ਨੇ ਆਪਣਾ ਸਰ ਦਾ ਟਾਈਟਲ ਵਾਪਿਸ ਕੀਤਾ ਸੀ ਇੰਸੀਡੈਂਟ ਆਫ ਜ਼ਿਲ੍ਹਿਆਂ ਵਾਲੇ ਬਾਗ ਦੇ ਇੰਸੀਡੈਂਟ ਤੋਂ ਬਾਅਦ, ਠੀਕ ਹੈ। ਇਹ ਟਾਈਟਲ ਉਹ ਬੰਦੇ ਨੂੰ 1915 ਦੇ ਵਿੱਚ ਮਿਲਿਆ ਸੀ, ਠੀਕ ਹੈ। ਕਿਸ ਨੂੰ ਮਿਲਿਆ ਸੀ? ਆਪਸ਼ਨ ਬੀ ਰਵਿੰਦਰ ਨਾਥ ਟੈਗੋਰ ਜੀ ਨੂੰ, ਠੀਕ ਹੈ। ਰਵਿੰਦਰ ਨਾਥ ਟੈਗੋਰ ਜੀ ਨੇ ਆਪਣਾ ਸਰ ਦਾ ਟਾਈਟਲ 1915 ਦੇ ਵਿੱਚ ਜੋ ਉਹਨਾਂ ਨੂੰ ਮਿਲਿਆ ਸੀ ਜ਼ਿਲ੍ਹਿਆਂ ਵਾਲੇ ਬਾਗ 1919 ਦੇ ਵਿੱਚ ਉਹਨਾਂ ਨੇ ਕੀ ਕਰਤਾ ਸੀ, ਵਾਪਿਸ ਕਰਤਾ ਸੀ। ਤੇ ਰਵਿੰਦਰ ਨਾਥ ਟੈਗੋਰ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ, ਕਿਸੇ ਵਿੱਚ ਲਿਟਰੇਚਰ ਦੇ ਵਿੱਚ ਨੋਬਲ ਪ੍ਰਾਈਜ਼ ਇਹਨਾਂ ਨੂੰ ਲਿਟਰੇਚਰ ਦੇ ਵਿੱਚ ਮਿਲਿਆ ਸੀ। ਕਿਸ ਚੀਜ਼ ਕਰਕੇ ਮਿਲਿਆ ਸੀ? ਗੀਤਾਂਜਲੀ ਕਰਕੇ, ਠੀਕ ਹੈ ਜੀ। ਕਿਸ ਕਰਕੇ ਮਿਲਿਆ ਸੀ? ਗੀਤਾਂਜਲੀ ਰਾਈਟਿੰਗ ਕਰਕੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ। ਇਸ ਤੋਂ ਇਲਾਵਾ ਸਾਇੰਸ ਦੇ ਵਿੱਚ ਜਾਂ ਫਿਜ਼ਿਕਸ ਦੇ ਵਿੱਚ ਜੋ ਨੋਬਲ ਪ੍ਰਾਈਜ਼ ਸੀ ਉਹ ਕਿਸ ਨੂੰ ਮਿਲਿਆ ਸੀ? 1930 ਦੇ ਵਿੱਚ ਇਹ ਨੋਬਲ ਪ੍ਰਾਈਜ਼ ਮਿਲਿਆ ਸੀ ਸੀ ਵੀ ਰਮਨ ਨੂੰ ਮਿਲਿਆ ਸੀ, ਠੀਕ ਹੈ ਜੀ। ਇਸ ਤੋਂ ਇਲਾਵਾ ਪੀਸ ਨੋਬਲ ਪ੍ਰਾਈਜ਼, ਪੀਸ ਦਾ ਨੋਬਲ ਪ੍ਰਾਈਜ਼ ਇਹ ਕਿਸ ਨੂੰ ਮਿਲਿਆ ਸੀ? ਇਹ ਮਿਲਿਆ ਸੀ ਜੀ ਮਦਰ ਟੈਰੇਸਾ ਨੂੰ, ਠੀਕ ਹੈ ਜੀ। ਕਿਹਨੂੰ ਮਿਲਿਆ ਸੀ? ਮਦਰ ਟੈਰੇਸਾ ਨੂੰ ਮਿਲਿਆ ਸੀ। ਕਦੋਂ ਮਿਲਿਆ ਸੀ? 1879 ਦੇ ਵਿੱਚ ਮਦਰ ਟੈਰੇਸਾ ਨੂੰ ਪੀਸ ਦੇ ਲਈ ਨੋਬਲ ਪ੍ਰਾਈਜ਼ ਮਿਲਿਆ ਸੀ। ਸੋ ਇਸ ਤੋਂ ਇਲਾਵਾ ਹੋਰ ਕੋਈ ਗੱਲਬਾਤ ਅਗਰ ਗੱਲ ਕਰਨੀ ਹੋਵੇ ਤਾਂ ਦੇਖੋ, ਰਵਿੰਦਰ ਨਾਥ ਟੈਗੋਰ ਜੀ ਨੇ ਆਪਣਾ ਨਾਈਟਹੁੱਡ ਦਾ ਅਵਾਰਡ, ਠੀਕ ਹੈ, ਸੋਰੀ ਮੈਂ ਕਿੰਗਸਵੁੱਡ ਬੋਲਤਾ ਸੀ, ਨਾਈਟਹੁੱਡ ਦਾ ਅਵਾਰਡ ਜੋ ਕਿ ਜਿਸਨੂੰ ਸਰ ਟਾਈਟਲ ਕਹਿੰਦੇ ਨੇ, ਇਹ ਵਾਪਸ ਕੀਤਾ ਸੀ 1919 ਦੇ ਵਿੱਚ। ਤੇ ਇਸ ਤੋਂ ਇਲਾਵਾ ਹੋਰ ਕਿਸਨੇ ਆਪਣਾ ਟਾਈਟਲ, ਕੇਸਰੇ ਹਿੰਦ ਦਾ ਟਾਈਟਲ, ਠੀਕ ਹੈ, ਕੇਸਰੇ ਹਿੰਦ ਦਾ ਟਾਈਟਲ ਜੋ ਮਹਾਤਮਾ ਗਾਂਧੀ ਨੂੰ ਮਿਲਿਆ ਸੀ 1915-18 ਦੇ ਵਿੱਚ ਜਦੋਂ ਵਾਪਿਸ ਆਏ ਸੀ। 1915 ਦੇ ਵਿੱਚ ਜਦੋਂ ਉਹ ਵਾਪਿਸ ਆਏ ਸੀ, ਕਿੱਥੇ, ਵਾਪਿਸ ਇੰਡੀਆ ਆਏ ਸੀ, ਤਾਂ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਕੇਸਰੇ ਹਿੰਦ ਦਾ ਅਵਾਰਡ ਦਿੱਤਾ ਸੀ, ਉਹ ਵੀ ਉਹਨਾਂ ਨੇ ਵਾਪਿਸ ਕਰਤਾ ਸੀ ਜ਼ਿਲ੍ਹਿਆਂ ਵਾਲੇ ਬਾਗ ਦੇ ਇੰਸੀਡੈਂਟ ਤੋਂ ਬਾਅਦ। ਨੈਕਸਟ ਕੁਐਸਚਨ ਹੈ ਕਹਿੰਦੇ ਵੈਨ ਵਾਸ ਨੌਜਵਾਨ ਭਾਰਤ ਸਭਾ ਫੋਰਮਡ। ਇਹ ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕਿ ਨੌਜਵਾਨ ਭਾਰਤ ਸਭਾ 77th ਕੁਐਸਚਨ ਹੈ ਕਿ ਕਦੋਂ ਬਣੀ ਸੀ। ਤਾਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਨੌਜਵਾਨ ਭਾਰਤ ਸਭਾ ਬਣਾਈ ਕਿਸਨੇ ਸੀ। ਤਾਂ ਸ਼ਹੀਦ ਭਗਤ ਸਿੰਘ ਜੀ ਨੇ ਇਹ ਨੌਜਵਾਨ ਸਭਾ ਬਣਾਈ ਸੀ। ਤੇ ਕਦੋਂ ਬਣੀ ਸੀ? ਆਪਸ਼ਨ ਸੀ 1926 ਦੇ ਵਿੱਚ ਬਣੀ ਸੀ, ਠੀਕ ਹੈ, 1926 ਦੇ ਵਿੱਚ ਬਣੀ ਸੀ। 1925 ਦੇ ਵਿੱਚ ਕੀ ਹੋਇਆ ਸੀ? 1925 ਦੇ ਵਿੱਚ ਜੀ ਕਕੋਰੀ ਕੌਨਸਪੀਰੇਸੀ ਕੇਸ ਹੋਇਆ ਸੀ। ਕਕੋਰੀ ਕੌਨਸਪੀਰੇਸੀ ਕੇਸ ਦੇ ਵਿੱਚ ਕਿਸ ਕਿਸ ਨੂੰ ਅਰੈਸਟ ਕੀਤਾ ਗਿਆ ਸੀ? ਤਾਂ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ, ਰਾਮ ਪ੍ਰਸ਼ਾਦ ਬਿਸਮਿਲ, ਰਜਿੰਦਰ ਲਾਹੌਰੀ, ਰੋਸ਼ਨ ਸਿੰਘ, ਅਸਫੁੱਲਾ ਖਾਨ ਹੋ ਗਏ, ਠੀਕ ਹੈ। ਤੇ ਇਸ ਤੋਂ ਇਲਾਵਾ ਪੰਜਵੇਂ ਬੰਦਾ ਸੀ ਚੰਦਰ ਸ਼ੇਖਰ ਆਜ਼ਾਦ ਜੀ, ਬਟ ਇੱਕ ਭੱਜਣ ਦੇ ਵਿੱਚ ਕੀ ਹੋ ਗਏ ਸੀ, ਕਾਮਯਾਬ ਹੋ ਗਏ ਸੀ। ਨਾ 1930 ਦੀ ਗੱਲ ਕਰੀਏ, 1930 ਦੇ ਵਿੱਚ ਇੱਕ ਤਾਂ ਗਾਂਧੀ ਜੀ ਨੇ ਆਪਣੀ ਸਿਵਲ ਡਿਸਓਬੀਡੈਂਸ ਮੂਵਮੈਂਟ ਸਟਾਰਟ ਕੀਤੀ ਸੀ 1930 ਤੋਂ ਲੈ ਕੇ 1934 ਤੱਕ, ਠੀਕ ਹੈ। ਡਾਂਡੀ ਮਾਰਚ 1930 ਦੇ ਵਿੱਚ ਕੱਢੀ ਸੀ ਉਹਨਾਂ ਨੇ। ਇਸ ਤੋਂ ਇਲਾਵਾ 1930 ਦੇ ਵਿੱਚ 26 ਜਨਵਰੀ 1930 ਨੂੰ ਕੀ ਕੀਤਾ ਗਿਆ ਸੀ, ਸਾਡੀ ਇੰਡੀਪੈਂਡੈਂਸ ਦਾ ਝੰਡਾ ਲਹਿਰਾ ਦਿੱਤਾ ਗਿਆ ਸੀ। ਕਦੋਂ ਡਿਸਾਈਡ ਹੋਇਆ ਸੀ ਇਹ ਚੀਜ਼? ਡਿਸਾਈਡ ਹੋਈ ਸੀ ਲਾਹੌਰ ਦੇ ਸੈਸ਼ਨ 1929 ਦੇ ਵਿੱਚ, ਜਿਸ ਨੂੰ ਪ੍ਰਿਸਾਈਡ ਕੀਤਾ ਸੀ ਜਵਾਹਰ ਲਾਲ ਨਹਿਰੂ ਜੀ ਨੇ। ਨਾਓ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਹੈ ਜੀ
ਕਹਿੰਦੇ ਵੇਅਰ ਵਾਸ ਹੈੱਡਕੁਆਟਰਸ ਆਫ ਨੌਜਵਾਨ ਭਾਰਤ ਸਭਾ ਕਹਿੰਦੇ ਨੌਜਵਾਨ ਭਾਰਤ ਸਭਾ 1926 ਦੇ ਵਿੱਚ ਭਗਤ ਸਿੰਘ ਜੀ ਦੇ ਦੁਆਰਾ ਜੋ ਬਣਾਈ ਗਈ ਸੀ ਕਹਿੰਦੇ ਉਸੇ ਹੈੱਡਕੁਆਟਰ ਕਿੱਥੇ ਸਨ ਆਪਸ਼ਨ ਏ ਉਹਦੇ ਹੈੱਡਕੁਆਟਰ ਸਨ ਜੀ ਲਾਹੌਰ ਵਿਖੇ ਆਪਸ਼ਨ ਏ ਇਜ਼ ਅ ਰਾਈਟ ਆਨਸਰ ਨੈਕਸਟ ਹੈ ਕਹਿੰਦੇ ਵੈਨ ਵਾਸ ਨੇਮ ਆਫ ਹਿੰਦੂ ਰਿਪਬਲਿਕਨ ਐਸੋਸੀਏਸ਼ਨ ਚੇਂਜ ਟੂ ਹਿੰਦੂ ਰਿਪਬਲਿਕਨ ਸੋਸ਼ਲਿਸਟ ਐਸੋਸੀਏਸ਼ਨ ਦੇਖੋ ਹਿੰਦੂ ਰਿਪਬਲਿਕਨ ਐਸੋਸੀਏਸ਼ਨ ਬਣੀ ਕਦੋਂ ਸੀ ਹਿੰਦੂ ਰਿਪਬਲਿਕਨ ਐਸੋਸੀਏਸ਼ਨ ਬਣੀ ਸੀ 1924 ਦੇ ਵਿੱਚ ਠੀਕ ਹੈ ਇਹਦਾ ਨਾਮ ਚੇਂਜ ਕੀਤਾ ਗਿਆ ਹਿੰਦੂ ਰਿਪਬਲਿਕਨ ਸੋਸ਼ਲਿਸਟ ਐਸੋਸੀਏਸ਼ਨ 1928 ਦੇ ਵਿੱਚ ਇਹਦੇ ਨਾਲ ਨਾਮ ਜੁੜਦਾ ਹੈ ਸ਼ਹੀਦ ਭਗਤ ਸਿੰਘ ਜੀ ਦਾ ਤਾਂ ਆਨਸਰ ਕੀ ਹੋਏਗਾ ਆਪਸ਼ਨ ਸੀ 1928 ਦੇ ਵਿੱਚ ਠੀਕ ਹੈ ਕਿੰਨੇ ਦੇ ਵਿੱਚ 1928 ਦੇ ਵਿੱਚ ਨਾ ਨੈਕਸਟ ਹੈ ਕਹਿੰਦੇ ਹੂ ਲੈਡ ਦ ਪ੍ਰੋਟੈਸਟ ਅਗੇਂਸਟ ਸਾਈਮਨ ਕਮਿਸ਼ਨ ਇਨ ਪੰਜਾਬ ਕਹਿੰਦੇ ਪੰਜਾਬ ਦੇ ਵਿੱਚ ਸਾਈਮਨ ਕਮਿਸ਼ਨ ਦੇ ਅਗੇਂਸਟ ਨਾਰੇ ਕਿਸਨੇ ਲਾਏ ਜਾਂ ਪ੍ਰੋਟੈਸਟ ਕਿਸਨੇ ਕੀਤਾ ਸੀ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਕਿ ਸਾਈਮਨ ਕਮਿਸ਼ਨ ਬਣਿਆ ਕਦੋਂ ਸੀ 1927 ਦੇ ਵਿੱਚ ਬਣਿਆ ਸੀ ਠੀਕ ਹੈ ਇੰਡੀਆ ਕਦੋਂ ਆਇਆ 1928 ਦੇ ਵਿੱਚ ਆਇਆ ਸੀ ਕੀ ਕਰਨ ਆਇਆ ਸੀ ਕੌਂਸਟੀਟਿਊਸ਼ਨਲ ਰਿਫੋਰਮਸ ਜਾਂ ਕੌਂਸਟੀਟਿਊਸ਼ਨਲ ਚੇਂਜਿਸ ਕਰਨ ਆਇਆ ਸੀ ਕਿਸ ਚੀਜ਼ ਦੇ ਵਿੱਚ ਚੇਂਜਿਸ ਕਰਨ ਆਇਆ ਸੀ ਗਵਰਨਮੈਂਟ ਆਫ ਇੰਡੀਆ ਐਕਟ 1919 ਇਸ ਦਾ ਵਿਰੋਧ ਕਿਉਂ ਕੀਤਾ ਗਿਆ ਇਹ ਕੀ ਸੀ 7 ਮੈਂਬਰੀ ਕਮੇਟੀ ਸੀ ਤੇ 7 ਦੇ 7 ਮੈਂਬਰ ਕੌਣ ਸਨ ਬ੍ਰਿਟਿਸ਼ਰ ਸਨ ਠੀਕ ਹੈ ਤੇ ਇੰਡੀਅਨਸ ਕਹਿੰਦੇ ਬਈ ਤੁਸੀਂ ਗੋਰੇ ਸਾਰੇ ਉੱਠ ਕੇ ਆ ਕੇ ਸਾਡੀ ਕੌਂਸਟੀਟਿਊਸ਼ਨਲ ਚੇਂਜਿਸ ਕਰਨ ਆ ਰਹੇ ਹੋ ਸੰਵਿਧਾਨ ਸਾਡੇ ਲਈ ਬਣਾਉਣ ਆ ਰਹੇ ਹੋ ਤੁਹਾਨੂੰ ਸਾਡੀਆਂ ਪ੍ਰੋਬਲਮਸ ਦਾ ਕੀ ਪਤਾ ਬਈ ਇਹਦੇ 'ਚ ਸਾਡੀ ਇੰਡੀਅਨਸ ਦੀ ਤਾਂ ਕੋਈ ਰਿਸਪੈਕਟ ਹੀ ਨਹੀਂ ਹੈ ਸਾਡੇ ਲਈ ਸੰਵਿਧਾਨ ਬਣ ਰਿਹਾ ਸਾਨੂੰ ਹੀ ਤੁਸੀਂ ਲੈ ਨਹੀਂ ਰਹੇ ਜਿਸ ਕਰਕੇ ਇਸ ਸਾਈਮਨ ਕਮਿਸ਼ਨ ਦਾ ਕੀ ਕੀਤਾ ਗਿਆ ਵਿਰੋਧ ਕੀਤਾ ਗਿਆ ਬਿਕਾਜ਼ ਆਲ ਮੈਂਬਰਸ ਆਰ ਵਾਈਟ ਜਾਂ ਫਿਰ ਬ੍ਰਿਟਿਸ਼ਰਸ ਠੀਕ ਹੈ ਸੋ ਜਿਸ ਦਾ ਵਿਰੋਧ ਕੀਤਾ ਗਿਆ ਬਲੈਕ ਇਸ ਦੇ ਸਵਾਗਤ ਦੇ ਵਿੱਚ ਇਹਦਾ ਤੋਂ ਸਵਾਗਤ ਕੀਤਾ ਗਿਆ ਕਾਲਿਆਂ ਝੰਡਿਆਂ ਦੇ ਨਾਲ ਗੋ ਬੈਕ ਸਾਈਮਨ ਦੇ ਨਾਰੇ ਲਗਾਏ ਗਏ ਠੀਕ ਹੈ ਜੀ ਸੋ ਇਸ ਦੇ ਵਿੱਚ ਪੰਜਾਬ ਦਾ ਕਿਹੜਾ ਬੰਦਾ ਸੀ ਤਾਂ ਆਪਸ਼ਨ ਡੀ ਲਾਲਾ ਲਾਜਪਤ ਰਾਏ ਜੀ ਨੇ ਇਸ ਦਾ ਵਿਰੋਧ ਕੀਤਾ ਤੇ ਲਾਲਾ ਲਾਜਪਤ ਰਾਏ ਇਸ ਦਾ ਵਿਰੋਧ ਕਰਦੇ ਹੋਏ ਇੰਜਰ ਹੋ ਗਏ ਤੇ ਉਹਨਾਂ ਦੀ ਡੈਥ ਹੋ ਗਈ ਸੀ ਨਵੰਬਰ ਦੇ ਵਿੱਚ ਅਕਤੂਬਰ ਦੇ ਵਿੱਚ ਇੰਜਰ ਹੋਏ 1928 ਦੇ ਵਿੱਚ ਠੀਕ ਹੈ ਤੇ ਡੈਥ ਹੋ ਗਈ ਇਹਨਾਂ ਦੀ ਡੈਥ ਦਾ ਬਦਲਾ ਕਿਸਨੇ ਲਿਆ ਸ਼ਹੀਦ ਭਗਤ ਸਿੰਘ ਜੀ ਨੇ ਉਸੇ ਸਾਲ ਦੇ ਵਿੱਚ ਲੈ ਲਿਆ ਸੀ ਇਸ ਚੀਜ਼ ਦਾ ਬਦਲਾ ਤੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਲਾਲਾ ਲਾਜਪਤ ਰਾਏ ਜੀ ਦੇ ਨਿਊਜ਼ ਪੇਪਰ ਦ ਪੰਜਾਬੀ ਯਾਦ ਰੱਖਣੇ ਨੇ ਠੀਕ ਹੈ ਕਿਹੜਾ ਕਿਹੜਾ ਦ ਪੰਜਾਬੀ ਦ ਪੀਪਲ ਇਹ ਦੋਨੋਂ ਨਿਊਜ਼ ਪੇਪਰ ਯਾਦ ਰੱਖਣੇ ਨੇ ਠੀਕ ਹੈ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਠੀਕ ਹੈ ਸੋ ਨੈਕਸਟ ਹੈ ਕਹਿੰਦੇ ਅਰੇਂਜ ਦਾ ਸੀਕੁਐਂਸ ਦੇਖੋ ਤੁਹਾਨੂੰ ਕੁਝ ਇੰਸੀਡੈਂਟ ਦਿੱਤੇ ਗਏ ਨੇ ਉਹਨਾਂ ਨੂੰ ਤੁਸੀਂ ਕੀ ਕਰਨਾ ਹੈ ਅਰੇਂਜ ਕਰਨਾ ਠੀਕ ਹੈ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਸਾਨੂੰ ਪਤਾ ਹੈ ਕਿ ਜਲਿਆਂਵਾਲੇ ਬਾਗ ਦਾ ਇਨਸੀਡੈਂਟ 13 ਅਪ੍ਰੈਲ 1919 ਨੂੰ ਹੋਇਆ ਕਾਮਾ ਬਗਾਟਾ ਮਾਰੂ ਇਨਸੀਡੈਂਟ 1914 ਦੇ ਵਿੱਚ ਹੋਇਆ ਗੁਰੂ ਕਾ ਬਾਗ ਮੋਰਚਾ 1922 ਦੇ ਵਿੱਚ ਆਇਆ ਸ਼ਹੀਦ ਭਗਤ ਸਿੰਘ ਜੀ ਕਦੋਂ ਸ਼ਹੀਦ ਹੋਏ ਸੀ 1931 ਦੇ ਵਿੱਚ ਹੁਣ ਇਹਨਾਂ ਨੂੰ ਅਰੇਂਜ ਕਰ ਲਓ ਸਭ ਤੋਂ ਪਹਿਲਾਂ ਆਏਗਾ ਜੀ ਸੈਕਿੰਡ ਫੇਰ ਆਏਗਾ ਜੀ ਤੁਹਾਡਾ ਫਸਟ ਫੇਰ ਆਏਗਾ ਤੁਹਾਡਾ ਥਰਡ ਤੇ ਫੇਰ ਆਏਗਾ ਤੁਹਾਡਾ ਫੋਰਥ ਹੁਣ ਦੇਖ ਲਓ ਸੈਕਿੰਡ ਫਸਟ ਕੀ ਪੁੱਛਿਆ ਗਿਆ ਕੁਐਸਚਨ ਕੀ ਪੁੱਛਿਆ ਅਰੇਂਜ ਇਵੈਂਟ ਇਨ ਸੀਕੁਐਂਸ ਠੀਕ ਹੈ ਇਹਨੂੰ ਤੁਸੀਂ ਸੀਕੁਐਂਸ ਦੇ ਵਿੱਚ ਅਰੇਂਜ ਕਰਨਾ 1919 ਵਾਲਾ ਹੋ ਗਿਆ ਠੀਕ ਹੈ 1919 ਹੈ ਦੈਨ 1900 ਕਾਮਾਗਾਟਾ ਮਾਰੂ 1914 ਦੇ ਵਿੱਚ ਹੋਇਆ ਗੁਰੂ ਕਾ ਬਾਗ ਮੋਰਚਾ 1922 ਦੇ ਵਿੱਚ ਆਇਆ ਸ਼ਹੀਦ ਭਗਤ ਸਿੰਘ ਜੀ 1931 ਦੇ ਵਿੱਚ ਹੋਏ ਨੇ ਤਾਂ ਇਹਦਾ ਆਂਸਰ ਇਸ ਤਰੀਕੇ ਨਾਲ ਹੀ ਬਣੇਗਾ ਇੱਥੇ ਫਿਲਹਾਲ ਆਂਸਰ ਨਹੀਂ ਹੈ ਸੈਕਿੰਡ ਆਏਗਾ ਸਭ ਤੋਂ ਪਹਿਲਾਂ ਫਿਰ ਪਹਿਲਾ ਆਏਗਾ ਫਿਰ ਥਰਡ ਆਏਗਾ ਤੇ ਦੈਨ ਫੋਰਥ ਆਏਗਾ ਠੀਕ ਹੈ ਇਹ ਆਂਸਰ ਹੋਏਗਾ ਸਹੀ ਨੈਕਸਟ ਕੁਐਸਚਨ ਹੈ ਕਹਿੰਦੇ ਹੂ ਵਾਸ ਲੀਡਿੰਗ ਦ ਐਕਸਟ੍ਰੀਮਿਸਟ ਇਨ ਪੰਜਾਬ ਕਹਿੰਦੇ ਪੰਜਾਬ ਦੇ ਵਿੱਚ ਐਕਸਟ੍ਰੀਮਿਸਟ ਨੂੰ ਕੌਣ ਲੀਡ ਕਰਦਾ ਸੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਕਦੋਂ ਬਣੀ ਇੰਡੀਅਨ ਨੈਸ਼ਨਲ ਕਾਂਗਰਸ ਬਣੀ 1885 ਦੇ ਵਿੱਚ ਪਹਿਲਾ ਸੈਸ਼ਨ ਕਿੱਥੇ ਹੋਇਆ ਬੰਬੇ ਦੇ ਵਿੱਚ ਹੋਇਆ ਠੀਕ ਹੈ ਕਿੰਨੇ ਡੈਲੀਗੇਟਸ ਨੇ ਅਟੈਂਡ ਕੀਤਾ 72 ਡੈਲੀਗੇਟਸ ਨੇ ਅਟੈਂਡ ਕੀਤਾ ਤੇ ਕੌਣ ਸਨ ਡਬਲਿਊ ਸੀ ਬੈਨਰਜੀ ਪਹਿਲੇ ਪ੍ਰੈਜ਼ੀਡੈਂਟ ਸਨ ਦੂਸਰੇ ਪ੍ਰੈਜ਼ੀਡੈਂਟ ਇਹਨਾਂ ਨੇ 1885 ਵਾਲਾ ਸੈਸ਼ਨ ਅਟੈਂਡ ਕੀਤਾ 1886 ਵਾਲਾ ਕੀਤਾ ਜੀ ਸਾਡੇ ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਜਾਂਦਾ ਕੌਣ ਨੇ ਜੀ ਉਹ ਨਾਮ ਨਹੀਂ ਆ ਰਿਹਾ ਮੇਰੇ ਦਿਮਾਗ ਦੇ ਵਿੱਚ ਠੀਕ ਹੈ
ਸੋ ਗ੍ਰੇਨ ਗ੍ਰੇਟ ਗ੍ਰੈਂਡ 올ਡ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ ਠੀਕ ਹੈ ਸੋ ਆਜੇਗਾ ਥੋੜੇ ਟਾਈਮ ਤੱਕ ਨਾਮ ਯਾਦ ਠੀਕ ਹੈ ਸੋ ਉਹਨਾਂ ਨੇ 1886 ਦੇ ਵਿੱਚ ਕੀਤਾ ਤੇ ਆਪਣੇ ਐਕਸਟ੍ਰੀਮਿਸਟ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੀਸਰਾ ਸੈਸ਼ਨ 1886 ਦੇ ਵਿੱਚ ਠੀਕ ਹੈ ਤਾਇਬ ਜੀ ਨੇ ਕੀਤਾ ਸੀ ਤੇ ਇਸ ਤੋਂ ਇਲਾਵਾ ਪਹਿਲੇ ਬ੍ਰਿਟਿਸ਼ਰਸ ਕੌਣ ਸਨ ਜਾਰਜ ਯੂਲੇ ਸਨ ਠੀਕ ਹੈ ਤੇ ਇਹਨਾਂ ਨੇ ਕੀ ਪੁੱਛਿਆ ਕਹਿੰਦੇ ਐਕਸਟ੍ਰੀਮਿਸਟ ਲੀਡਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਨੂੰ ਐਕਸਟ੍ਰੀਮਿਸਟ ਲੀਡਰ ਕਿਹੜਾ ਸੀ ਆਪਸ਼ਨ ਡੀ ਲਾਲਾ ਲਾਜਪਤ ਰਾਏ ਸਨ ਕਿਉਂਕਿ ਇਹ ਰੈਵੋਲਿਊਸ਼ਨਰੀ ਲੀਡਰ ਸਨ ਮੁਕਤੇਸ਼ਵਰ ਦੱਤ ਵੀ ਤੇ ਭਗਤ ਸਿੰਘ ਵੀ ਇਹ ਕਿਹੜੇ ਸਨ ਰੈਵੋਲਿਊਸ਼ਨਰੀ ਲੀਡਰ ਸਨ ਸੋ ਜਿਨ੍ਹਾਂ ਦੀ ਬੁੱਕ ਵੀ ਹੈ ਬਈ ਅਨਬ੍ਰਿਟਿਸ਼ ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ ਠੀਕ ਹੈ ਜਿਨ੍ਹਾਂ ਨੇ 1886 ਵਾਲਾ ਸੈਸ਼ਨ ਅਟੈਂਡ ਕੀਤਾ 1893 ਵਾਲਾ ਤੇ 1906 ਵਾਲਾ ਜਿਨ੍ਹਾਂ ਨੇ ਪਹਿਲੀ ਵਾਰ ਵਰਡ ਯੂਜ਼ ਕੀਤਾ ਸੀ ਸਵਰਾਜ ਠੀਕ ਹੈ 1906 ਵਾਲੇ ਸੈਸ਼ਨ ਦੇ ਵਿੱਚ ਕਲਕੱਤੇ ਵਾਲੇ ਸੈਸ਼ਨ ਦੇ ਵਿੱਚ ਠੀਕ ਹੈ ਨਾਮ ਨਹੀਂ ਯਾਦ ਆ ਰਿਹਾ ਸੋ ਅੱਗੇ ਯਾਦ ਆ ਜਾਏਗਾ ਤਾਂ ਦੱਸ ਦਾਂਗੇ ਨੈਕਸਟ ਕੁਐਸਚਨ ਹੈ ਕਹਿੰਦੇ ਵੈਨ ਵਾਸ ਰਾਧਾ ਸਵਾਮੀ ਡੇਰਾ ਐਸਟੈਬਲਿਸ਼ਡ ਐਟ ਬਿਆਸ ਕਹਿੰਦੇ ਪਹਿਲੀ ਵਾਰ ਜਿਹੜਾ ਕਿਹੜਾ ਰਾਧਾ ਸਵਾਮੀ ਦਾ ਡੇਰਾ ਸੀ ਬਿਆਸ ਦੇ ਉੱਤੇ ਕਦੋਂ ਐਸਟੈਬਲਿਸ਼ ਕੀਤਾ ਗਿਆ ਸੀ ਤਾਂ ਆਪਸ਼ਨ ਏ ਇਜ਼ ਅ ਰਾਈਟ ਆਨਸਰ ਠੀਕ ਹੈ 1891 ਦੇ ਵਿੱਚ ਇਹ ਡੇਰਾ ਐਸਟੈਬਲਿਸ਼ ਕੀਤਾ ਗਿਆ ਸੀ ਕਿਹਦੇ ਉੱਤੇ ਬਿਆਸ ਰਿਵਰ ਦੇ ਉੱਤੇ ਬਿਆਸ ਰਿਵਰ ਕਿੱਥੇ ਹੈ ਜੀ ਸਾਡੀ ਆ ਰਹੀ ਸਾਡੀ ਬਿਆਸ ਰਿਵਰ ਠੀਕ ਹੈ ਕਿਸ ਦੀ ਟ੍ਰਿਬਿਊਟਰੀ ਇਹ ਹੈਗੀ ਜੀ ਇੰਡਸ ਰਿਵਰ ਦੀ ਟ੍ਰਿਬਿਊਟਰੀ ਹੈ ਬਿਆਸ ਰਿਵਰ ਦੇ ਉੱਤੇ ਕਿਹੜਾ ਡੈਮ ਬਣਿਆ ਹੋਇਆ ਜੀ ਬਣਿਆ ਹੋਇਆ ਸਾਡਾ ਪੌਂਗ ਡੈਮ ਠੀਕ ਹੈ ਪੌਂਗ ਡੈਮ ਦਾ ਦੂਸਰਾ ਨਾਮ ਕੀ ਹੈ ਜੀ ਮਹਾਰਾਣਾ ਪ੍ਰਤਾਪ ਡੈਮ ਬਣਿਆ ਹੋਇਆ ਨੈਕਸਟ ਇਹ ਕਹਿੰਦੇ ਹੂ ਐਸਟੈਬਲਿਸ਼ਡ ਰਾਧਾ ਸਵਾਮੀ ਡੇਰਾ ਬਿਆਸ ਇਨ ਪੰਜਾਬ ਕਹਿੰਦੇ ਕਿਸ ਨੇ ਐਸਟੈਬਲਿਸ਼ ਕੀਤਾ ਸੀ ਆਪਸ਼ਨ ਏ ਇਜ਼ ਅ ਰਾਈਟ ਆਨਸਰ ਬਾਬਾ ਜੈਮਲ ਸਿੰਘ ਨੇ ਠੀਕ ਹੈ ਜੀ ਜੈਮਲ ਸਿੰਘ ਨੇ ਕੀਤਾ ਸੀ ਨੈਕਸਟ ਹੈ ਕਹਿੰਦੇ ਵੈਨ ਵਾਸ ਬਾਬਰ ਅਕਾਲੀ ਮੂਵਮੈਂਟ ਬੋਰਨ ਕਹਿੰਦੇ ਜਿਹੜੀ ਬਾਬਰ ਅਕਾਲੀ ਮੂਵਮੈਂਟ ਸੀ ਉਸਨੇ ਕਦੋਂ ਜਨਮ ਲਿਆ ਸੀ ਤਾਂ ਆਨਸਰ ਹੋਏਗਾ ਆਪਸ਼ਨ ਏ 1921 ਦੇ ਵਿੱਚ ਕਦੋਂ ਲਿਆ ਸੀ 1921 ਦੇ ਵਿੱਚ ਨੈਕਸਟ ਹੈ ਕਹਿੰਦੇ ਵਟ ਵਾਸ ਦਾ ਨੇਮ ਆਫ ਬਾਬਰ ਅਕਾਲੀ ਅੰਦੋਲਨ ਜਥਾ ਕਾਲਡ ਕਹਿੰਦੇ ਜਿਹੜਾ ਬਾਬਰ ਅਕਾਲੀ ਅੰਦੋਲਨ ਜਥਾ ਸੀ ਜੋ 1921 ਦੇ ਵਿੱਚ ਬਣਿਆ ਸੀ ਕਹਿੰਦੇ ਇਹਦਾ ਨੇਮ ਕੀ ਸੀ ਤਾਂ ਇਸਦਾ ਨੇਮ ਸੀ ਸਾਡਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਚੱਕਰਵਰਤੀ ਜਥਾ ਠੀਕ ਹੈ ਇਸਨੂੰ ਕੀ ਕਿਹਾ ਜਾਂਦਾ ਸੀ ਚੱਕਰਵਰਤੀ ਜਥਾ ਕਿਹਾ ਜਾਂਦਾ ਸੀ ਨੈਕਸਟ ਹੈ ਕਹਿੰਦੇ ਹੂ ਵਾਸ ਦਾ ਫਾਊਂਡਰ ਆਫ ਬਾਬਰ ਅਕਾਲੀ ਮੂਵਮੈਂਟ ਕਹਿੰਦੇ ਬਾਬਰ ਅਕਾਲੀ ਮੂਵਮੈਂਟ ਦੇ ਫਾਊਂਡਰ ਕੌਣ ਸਨ 1921 ਦੇ ਵਿੱਚ ਚੱਕਰਵਰਤੀ ਜਥਾ ਕਿਹਾ ਜਾਂਦਾ ਸੀ ਇਹਦੇ ਫਾਊਂਡਰ ਸਨ ਆਪਸ਼ਨ ਸੀ ਕਿਸਾਨ ਸਿੰਘ ਗਰਗਜ ਠੀਕ ਹੈ ਕਿਸਾਨ ਸਿੰਘ ਸੋਰੀ ਕਿਸ਼ਨ ਸਿੰਘ ਗਰਗਜ ਆਪਸ਼ਨ ਸੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਵੈਨ ਵਾਸ ਕ੍ਰਿਤੀ ਕਿਸਾਨ ਪਾਰਟੀ ਫਾਰਮਡ ਠੀਕ ਹੈ ਕ੍ਰਿਤੀ ਕਿਸਾਨ ਪਾਰਟੀ ਕਦੋਂ ਫਾਰਮ ਹੋਈ ਸੀ ਆਪਸ਼ਨ ਡੀ 1928 ਦੇ ਵਿੱਚ ਕਦੋਂ ਹੋਈ ਸੀ 1928 ਦੇ ਵਿੱਚ ਦੇਖੋ 1928 ਦੇ ਵਿੱਚ ਇੱਕ ਤਾਂ ਕ੍ਰਿਤੀ ਕਿਸਾਨ ਪਾਰਟੀ ਹੋਈ ਕਿ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਨਾਮ ਚੇਂਜ ਕਰਕੇ ਹਿੰਦੁਸਤਾਨ ਰਿਪਬਲਿਕਨ ਸੋਸ਼ਲਿਸਟ ਐਸੋਸੀਏਸ਼ਨ ਰੱਖਿਆ ਗਿਆ 1924 ਦੇ ਵਿੱਚ ਸਾਡਾ ਕਕੋਰੀ ਕੌਨਸਪੀਰੇਸੀ ਕੇਸ ਹੋਇਆ ਸੀ 1925 ਦੇ ਵਿੱਚ 1924 ਦੇ ਵਿੱਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਬਣੀ ਸੀ 1923 ਦੇ ਵਿੱਚ ਕੀ ਬਣਿਆ ਸੀ ਜੀ 1923 ਦੇ ਵਿੱਚ ਤੁਸੀਂ ਦੱਸੋਗੇ ਕਿਹੜੀ ਪਾਰਟੀ ਬਣੀ ਸੀ ਇਹ ਬਣੀ ਸੀ ਸਾਡੀ ਸਵਰਾਜ ਪਾਰਟੀ ਠੀਕ ਹੈ ਸਵਰਾਜ ਪਾਰਟੀ ਕਿਸਨੇ ਬਣਾਈ ਸੀ ਮੋਤੀ ਲਾਲ ਨਹਿਰੂ ਨੇ ਤੇ ਸੀ ਆਰ ਦਾਸ ਜੀ ਨੇ ਕਿਉਂ ਬਣਾਈ ਸੀ ਕਿਉਂਕਿ ਫੈਬ 1922 ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਨੋਨ ਕੋਆਪਰੇਸ਼ਨ ਮੂਵਮੈਂਟ ਵਿਦਡਰਾ ਕਰ ਲਈ ਸੀ ਜਨਵਰੀ 1921 ਦੇ ਵਿੱਚ ਇਹ ਨੋਨ ਕੋਆਪਰੇਸ਼ਨ ਮੂਵਮੈਂਟ ਕੀ ਹੋਈ ਸੀ ਸਟਾਰਟ ਹੋਈ ਸੀ ਨੈਕਸਟ ਕੁਐਸਚਨ ਹੈ ਜੀ ਕਹਿੰਦੇ ਵਿਚ ਸਟੇਟ ਹੈਡ ਲਾਰਜੈਸਟ ਨੰਬਰ ਆਫ ਸੋਲਜਰਸ ਇਨ ਇੰਡੀਪੈਂਡੈਂਟ ਇੰਡੀਅਨ ਆਰਮੀ ਕਹਿੰਦੇ ਇੰਡੀਅਨ ਇੰਡੀਪੈਂਡੈਂਟ ਆਰਮੀ ਦੇ ਵਿੱਚ ਲਾਰਜੈਸਟ ਨੰਬਰ ਆਫ ਸੋਲਜਰਸ ਕਿੱਥੋਂ ਦੇ ਸਨ ਆਪਸ਼ਨ ਡੀ ਪੰਜਾਬ ਦੇ ਸਨ ਨੈਕਸਟ ਹੈ ਕਹਿੰਦੇ ਵਿਚ ਪਾਰਟੀ ਪੋਸਟ ਕੁਇਟ ਇੰਡੀਆ ਮੂਵਮੈਂਟ ਇਨ ਪੰਜਾਬ ਪੰਜਾਬ ਦੇ ਵਿੱਚ ਬ੍ਰਿਟਿਸ਼ਰਸ ਦੇ ਅੰਡਰ ਇੱਕ ਹੀ ਪਾਰਟੀ ਬਣੀ ਹੈ ਤੇ ਉਹਨੇ ਕੁਇਟ ਇੰਡੀਆ ਮੂਵਮੈਂਟ ਨੂੰ ਕੀ ਕੀਤਾ ਸੀ ਅਪੋਜ ਕੀਤਾ ਸੀ ਉਹ ਕਿਹੜੀ ਪਾਰਟੀ ਸੀ ਆਪਸ਼ਨ ਸੀ ਯੂਨੀਅਨਿਸਟ ਪਾਰਟੀ ਸੀ ਕੁਇਟ ਇੰਡੀਆ ਮੂਵਮੈਂਟ ਕਦੋਂ ਬਣੀ ਸੀ 1942 ਦੇ ਵਿੱਚ ਚੱਲੀ ਸੀ ਕੁਇਟ ਇੰਡੀਆ ਮੂਵਮੈਂਟ ਕਦੋਂ 8-9 ਅਗਸਤ 1942 ਦੇ ਵਿੱਚ ਇਹ ਚੱਲੀ ਸੀ ਕਿਸੇ ਰਿਸਪੋਂਸ ਦੇ ਵਿੱਚ ਚੱਲੀ ਸੀ ਇਹ ਕ੍ਰਿਪਸ ਮਿਸ਼ਨ ਦੇ ਰਿਸਪੋਂਸ ਦੇ ਵਿੱਚ ਆਏ ਸੀ ਕ੍ਰਿਪਸ ਮਿਸ਼ਨ ਕਦੋਂ ਆਇਆ ਸੀ 1942 ਦੇ ਵਿੱਚ ਜਿਸ ਨੂੰ ਗਾਂਧੀ ਜੀ ਨੇ ਕੀ ਕਿਹਾ ਸੀ ਪੋਸਟ ਡੇਟਡ ਚੈੱਕ ਕਿਹਾ ਸੀ ਕੀ ਕਿਹਾ ਸੀ ਪੋਸਟ ਡੇਟਡ ਚੈੱਕ ਕਿਹਾ ਸੀ ਕਿਹਨਾਂ ਨੇ ਗਾਂਧੀ ਜੀ ਨੇ ਕਿਸ ਨੂੰ ਕ੍ਰਿਪਸ ਮਿਸ਼ਨ ਨੂੰ ਉਸਦੇ ਰਿਸਪੋਂਸ ਦੇ ਵਿੱਚ ਉਹਨਾਂ ਨੇ ਕੁਇਟ ਇੰਡੀਆ ਮੂਵਮੈਂਟ ਚਲਾਈ ਸੀ ਕੁਇਟ ਇੰਡੀਆ ਮੂਵਮੈਂਟ ਨੂੰ ਲੀਡਰਲੈਸ ਮੂਵਮੈਂਟ
ਕਿਹਾ ਜਾਂਦਾ ਹੈ। ਲੀਡਰਲੈਸ ਮੂਵਮੈਂਟ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਸਾਰੇ ਦੇ ਸਾਰੇ ਪ੍ਰੋਮੀਨੈਂਟ ਲੀਡਰਸ ਨੂੰ ਅਰੈਸਟ ਕਰ ਲਿਆ ਗਿਆ ਸੀ। ਤਾਂ ਇਸ ਮੂਵਮੈਂਟ ਨੂੰ ਅਗਸਤ ਕ੍ਰਾਂਤੀ ਵੀ ਕੀ ਕਿਹਾ ਜਾਂਦਾ ਹੈ? ਅਗਸਤ ਕ੍ਰਾਂਤੀ ਵੀ ਕਿਹਾ ਜਾਂਦਾ ਹੈ। ਤੇ ਇਸ ਮੂਵਮੈਂਟ ਦੇ ਵਿੱਚ ਹੀ ਗਾਂਧੀ ਜੀ ਨੇ ਡੂ ਔਰ ਡਾਈ ਦਾ, ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸੀ। ਇਸ ਜਦੋਂ ਇਹ ਮੂਵਮੈਂਟ ਲੀਡਰਲੈਸ ਹੋਊਗੀ ਤੇ ਇਸ ਮੂਵਮੈਂਟ ਨੂੰ ਲੀਡ ਕਿਸਨੇ ਕੀਤਾ? ਵਿਮੈਨਸ ਨੇ ਕੀਤਾ। ਕਿਹੜਾ ਕਿਹੜਾ ਨਾਮ ਆਉਂਦਾ ਹੈ? ਸੁਚੇਤਾ ਕਿਰਪਲਾਨੀ ਨਾਮ ਆਉਂਦਾ ਹੈ, ਠੀਕ ਹੈ, ਜਿਸਨੇ ਗਾਂਧੀ ਜੀ ਦੇ ਫੋਲੋਅਰਸ ਨੂੰ ਲੀਡ ਕੀਤਾ। ਇਸ ਤੋਂ ਇਲਾਵਾ ਊਸ਼ਾ ਮਹਿਤਾ ਦਾ ਨਾਮ ਆਉਂਦਾ ਹੈ, ਠੀਕ ਹੈ ਜੀ, ਇੱਕ ਅਫਸਾ ਅਲੀ ਸਨ, ਠੀਕ ਹੈ। ਨੈਕਸਟ ਹੈ, ਕਹਿੰਦੇ ਵੈਨ ਡਿਡ ਦਾ ਆਨੰਦ ਮੈਰਿਜ ਐਕਟ ਪਾਸ? ਕਹਿੰਦੇ ਆਨੰਦ ਮੈਰਿਜ ਐਕਟ ਕਦੋਂ ਪਾਸ ਕੀਤਾ ਗਿਆ? ਤਾਂ ਆਨਸਰ ਹੈ ਅਕਤੂਬਰ 22, 1909। ਇਸ ਤੋਂ ਇਲਾਵਾ ਗਵਰਨਮੈਂਟ ਆਫ ਇੰਡੀਆ ਐਕਟ 1909 ਵੀ ਆਇਆ ਸੀ, ਜਿਸ ਦੇ ਵਿੱਚ ਐਗਜ਼ੀਕਿਊਟਿਵ ਕੌਂਸਲ ਦੇ ਵਿੱਚ ਪਹਿਲੇ ਇੰਡੀਅਨ ਮੈਂਬਰ ਐਡ ਕੀਤੇ ਗਏ ਸਨ। ਕੌਣ ਸਨ? ਐਸ ਪੀ ਸਿਨਹਾ ਸਨ। 1909 ਦੇ ਵਿੱਚ ਹੀ ਜੋ ਮੁਸਲਿਮ ਲੀਗ ਹੈ ਉਸਨੂੰ ਸੈਪਰੇਟ ਇਲੈਕਟੋਰੇਟ ਵੀ ਦਿੱਤਾ ਗਿਆ ਸੀ। ਨੈਕਸਟ ਹੈ, ਕਹਿੰਦੇ ਹੂ ਵਾਜ਼ ਫਾਊਂਡਰ ਆਫ ਕ੍ਰਿਤੀ ਕਿਸਾਨ ਪਾਰਟੀ? ਕਹਿੰਦੇ ਕ੍ਰਿਤੀ ਕਿਸਾਨ ਪਾਰਟੀ ਜੋ 1928 ਦੇ ਵਿੱਚ ਬਣੀ ਸੀ, ਉਸਦੇ ਫਾਊਂਡਰ ਕੌਣ ਸਨ? ਭਾਈ ਸੰਤੋਖ ਸਿੰਘ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕੌਣ ਸਨ? ਭਾਈ ਸੰਤੋਖ ਸਿੰਘ ਸਨ। ਨੈਕਸਟ ਹੈ, ਕਹਿੰਦੇ ਵਨ ਵਾਜ਼ ਡਿਮਾਂਡ ਫਾਰ ਕੰਪਲੀਟ ਇੰਡੀਪੈਂਡੈਂਸ ਆਫ ਇੰਡੀਆ ਮੇਡ ਫਾਰ ਦਾ ਫਸਟ ਟਾਈਮ? ਕਹਿੰਦੇ ਪਹਿਲੀ ਵਾਰ ਇੰਡੀਆ ਦੀ ਇੰਡੀਪੈਂਡੈਂਸ ਦੀ ਜਿਹੜੀ ਡਿਮਾਂਡ ਹੈ ਇਹ ਕਦੋਂ ਰੱਖੀ ਗਈ ਸੀ? ਜਾਂ ਕਹਿ ਦਿਓ ਕਿ ਪੂਰਨ ਸਵਰਾਜ ਦੀ ਮੰਗ ਕਦੋਂ ਕੀਤੀ ਗਈ ਸੀ? ਤਾਂ ਇਹ ਕੀਤੀ ਗਈ ਸੀ ਲਾਹੌਰ ਦਾ ਜਿਹੜਾ ਸੈਸ਼ਨ ਹੋਇਆ ਸੀ 1929 ਦਸੰਬਰ ਦੇ ਵਿੱਚ, ਉੱਥੇ ਪੂਰਨ ਸਵਰਾਜ ਦੀ ਮੰਗ ਕਰ ਲਈ ਗਈ ਸੀ। ਤਾਂ ਕਦੋਂ ਕਿਹਾ ਗਿਆ ਸੀ? ਆਪਸ਼ਨ ਬੀ 1929 ਦੇ ਵਿੱਚ। ਨੈਕਸਟ ਹੈ, ਕਹਿੰਦੇ ਇਨ ਵਿੱਚ ਸਿਟੀ ਆਫ ਪੰਜਾਬ ਵਾਜ਼ ਕੰਪਲੀਟ ਇੰਡੀਪੈਂਡੈਂਸ ਆਫ ਇੰਡੀਅਨ ਡਿਪੈਂਡੈਂਟ? ਕਹਿੰਦੇ ਇਨ ਵਿੱਚ ਸਿਟੀ, ਕਿਹੜੀ ਸਿਟੀ ਦੇ ਵਿੱਚ ਇੰਡੀਆ ਦੀ ਇੰਡੀਪੈਂਡੈਂਸ ਦੀ ਮੰਗ ਕੀਤੀ ਗਈ ਸੀ? ਮੈਂ ਦੱਸ ਚੁੱਕੀ ਹਾਂ ਕਿਹੜੇ ਸੈਸ਼ਨ ਦੇ ਵਿੱਚ, ਲਾਹੌਰ ਦੇ ਸੈਸ਼ਨ ਦੇ ਵਿੱਚ। ਨੈਕਸਟ ਹੈ, ਹੂ ਵਾਜ਼ ਦਾ ਫਾਊਂਡਰ ਆਫ ਭਾਰਤ ਮਾਤਾ ਸੋਸਾਇਟੀ? ਕਹਿੰਦੇ ਭਾਰਤ ਮਾਤਾ ਸੋਸਾਇਟੀ ਦੇ ਫਾਊਂਡਰ ਕੌਣ ਨੇ? ਤਾਂ ਬਹੁਤ ਸਾਰੇ ਬੱਚੇ ਸ਼ਹੀਦ ਭਗਤ ਸਿੰਘ ਆਨਸਰ ਕਰਦੇ ਨੇ, ਬਟ ਇਹਦਾ ਆਨਸਰ ਅਜੀਤ ਸਿੰਘ ਹੈ, ਆਪਸ਼ਨ ਏ। ਅਜੀਤ ਸਿੰਘ ਵਾਜ਼ ਅ ਰੈਵੋਲਿਊਸ਼ਨਰੀ ਲੀਡਰ, ਹੀ ਵਾਜ਼ ਅ ਅੰਕਲ ਆਫ ਸ਼ਹੀਦ ਭਗਤ ਸਿੰਘ। ਨੈਕਸਟ ਹੈ, ਕਹਿੰਦੇ ਵੇਅਰ ਵਾਜ਼ ਹੈੱਡਕੁਆਟਰਸ ਆਫ ਭਾਰਤ ਮਾਤਾ ਸੋਸਾਇਟੀ? ਕਹਿੰਦੇ ਭਾਰਤ ਮਾਤਾ ਸੋਸਾਇਟੀ ਦੇ ਹੈੱਡਕੁਆਟਰਸ ਕਿੱਥੇ ਸਨ? ਆਪਸ਼ਨ ਬੀ ਲਾਹੌਰ ਵਿਖੇ ਸਨ, ਠੀਕ ਹੈ ਜੀ, ਕਿੱਥੇ ਸਨ? ਲਾਹੌਰ ਵਿਖੇ। ਨੈਕਸਟ ਹੈ, ਕਹਿੰਦੇ ਵਿੱਚ ਵਾਜ਼ ਦਾ ਲਾਸਟ ਫੋਰਨ ਗਰੁੱਪ ਟੂ ਇਨਵੇਟਡ ਪੰਜਾਬ? ਕਹਿੰਦੇ ਕਿਹੜਾ ਲਾਸਟ ਫੋਰਨ ਗਰੁੱਪ ਸੀ ਜਿਹਨੇ ਪੰਜਾਬ ਦੇ ਵਿੱਚ ਇਨਵੇਟ ਕੀਤਾ? ਖਾਈਬਰ ਪਾਸ ਦੇ ਵਿੱਚ ਉਹ ਸਾਰੇ ਹੋ ਕੇ ਆਉਂਦੇ ਸੀ। ਖਾਈਬਰ ਕਪਾਸ ਅੱਜ ਕੱਲ੍ਹ ਕਿੱਥੇ? ਪਾਕਿਸਤਾਨ ਦੇ ਵਿੱਚ ਹੈ। ਤਾਂ ਲਾਸਟ ਸੀ ਜੀ ਸਾਡੇ ਬ੍ਰਿਟਿਸ਼ਰਸ। ਕਿਹਨਾਂ ਨੇ ਇਨਵੇਟ ਕੀਤਾ ਪੰਜਾਬ ਦੇ ਵਿੱਚ? ਬ੍ਰਿਟਿਸ਼ਰਸ ਨੇ। ਨੈਕਸਟ ਹੈ, ਇੰਪੋਰਟੈਂਟ ਕੁਐਸਚਨ ਹੈ, ਕਹਿੰਦੇ ਵੈਨ ਵਰ ਦਿੱਲੀ ਐਂਡ ਹਿਸਾਰ ਇਨਕਲੂਡਡ ਇਨ ਪੰਜਾਬ? ਕਹਿੰਦੇ ਪੰਜਾਬ ਦੇ ਵਿੱਚ ਦਿੱਲੀ ਤੇ ਹਿਸਾਰ ਨੂੰ ਕਦੋਂ ਇਨਕਲੂਡ ਕੀਤਾ ਗਿਆ ਸੀ? ਤਾਂ ਆਪਸ਼ਨ ਬੀ 1858 ਦੇ ਵਿੱਚ, ਠੀਕ ਹੈ। ਸਾਡੇ ਪੰਜਾਬ ਦੀ ਵੰਡ ਇੱਕ ਵਾਰ 1947 ਦੇ ਵਿੱਚ ਹੋਈ, ਪਹਿਲੀ ਵਾਰ 1901 ਦੇ ਵਿੱਚ ਹੋਈ, ਫਿਰ 1966 ਦੇ ਵਿੱਚ ਹੋਈ। ਨੈਕਸਟ ਹੈ, ਕਹਿੰਦੇ ਵੈਨ ਵਾਜ਼ ਪੰਜਾਬ ਅਫੀਸ਼ੀਅਲੀ ਡਿਵਾਈਡਡ ਫਾਰ ਦਾ ਫਸਟ ਟਾਈਮ? ਕਹਿੰਦੇ ਪਹਿਲੀ ਵਾਰ ਕਦੋਂ ਡਿਵਾਈਡ ਕੀਤਾ ਗਿਆ? ਆਪਸ਼ਨ ਬੀ 1901 ਦੇ ਵਿੱਚ। ਕਿਸਨੇ ਕੀਤਾ ਸੀ? ਲਾਰਡ ਕਰਜ਼ਨ। ਇਹ ਉਹੀ ਬੇਕਾਰ ਬੰਦਾ ਹੈ ਜਿਸਨੇ ਕੀ ਕੀਤਾ ਸੀ, ਪਾਰਟੀਸ਼ਨ ਆਫ ਬੰਗਾਲ ਵੀ ਕੀਤੀ ਸੀ। ਕਦੋਂ? 1955 ਦੇ ਵਿੱਚ। ਇਸਨੇ ਯੂਨੀਵਰਸਿਟੀ ਐਕਟ ਵੀ ਲੈ ਕੇ ਆਇਆ ਸੀ 1901 ਦੇ ਵਿੱਚ। ਇਸਨੇ ਆਰਮਡ ਐਕਟ ਵੀ ਪਾਸ ਕੀਤਾ ਸੀ, ਠੀਕ ਹੈ ਜੀ। ਉਹੀ ਬੰਦਾ ਹੈ। ਕੌਣ ਹੈ ਜੀ? ਲਾਰਡ ਕਰਜ਼ਨ। ਇਹ ਉਹੀ ਬੰਦਾ ਹੈ ਜਿਹਨੇ ਦਿੱਲੀ ਦਰਬਾਰ ਵੀ ਸਜਾਇਆ ਸੀ। ਕਹਿੰਦੇ ਵੈਨ ਵਾਜ਼ ਦਿੱਲੀ ਸੈਪਰੇਟਡ ਫਰੋਮ ਪੰਜਾਬ? ਕਹਿੰਦੇ ਦਿੱਲੀ ਨੂੰ ਪੰਜਾਬ ਤੋਂ ਕਦੋਂ ਸੈਪਰੇਟ ਕੀਤਾ ਗਿਆ ਸੀ, ਠੀਕ ਹੈ, 1911। ਆਪਸ਼ਨ ਸੀ, ਜਦੋਂ ਕਲਕੱਤੇ ਤੋਂ ਸਾਡੀ ਕੈਪੀਟਲ ਬਦਲੀ ਗਈ ਸੀ। ਨੈਕਸਟ ਹੈ, ਕਹਿੰਦੇ ਅੰਡਰ ਹੂਸ ਲੀਡਰਸ਼ਿਪ ਵਾਜ਼ ਪੰਜਾਬ ਅਫੀਸ਼ੀਅਲੀ ਡਿਵਾਈਡਡ ਫਾਰ ਫਸਟ ਟਾਈਮ? ਅਫੀਸ਼ੀਅਲੀ ਡਿਵਾਈਡ ਕਦੋਂ ਹੋਇਆ? 1901 ਦੇ ਵਿੱਚ। ਹੁਣ ਤੁਸੀਂ ਦੱਸੋਗੇ ਕਿ ਉਹ ਬੰਦਾ ਕੌਣ ਸੀ ਜਿਸਨੇ ਕੀਤਾ, ਠੀਕ ਹੈ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ, ਪੈਸੇ ਆਨਸਰ ਲੋਟ ਕਰ ਸਕਦੇ। ਨੈਕਸਟ ਹੈ, ਕਹਿੰਦੇ ਵਟ ਵਾਜ਼ ਦਾ ਮੇਨ ਪ੍ਰੋਬਲਮ ਇਨ ਕੰਪੋਜ਼ਿੰਗ ਦਾ ਹਿਸਟਰੀ ਆਫ ਇੰਡੀਆ? ਕਹਿੰਦੇ ਇੰਡੀਆ ਦੀ ਹਿਸਟਰੀ ਨੂੰ ਕੰਪੋਜ਼ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਕਿਉਂ ਆਉਂਦੀ ਹੈ? ਕਿਉਂ ਆਉਂਦੀ ਹੈ ਜੀ? ਕਿਉਂਕਿ ਪੰਜਾਬਸ ਪੋਲੀਟੀਕਲ ਇਨਸਟੇਬਿਲਿਟੀ ਐਂਡ ਟ੍ਰਿਬੂਲੈਂਟ ਇਨਵਾਇਰਮੈਂਟ ਕਰਕੇ। ਨੈਕਸਟ ਹੈ, ਕਹਿੰਦੇ ਹਾਊ ਲੌਂਗ ਡਿਡ ਪੰਜਾਬ ਰਿਮੇਨ ਅ ਸਲੇਵ ਆਫ ਬ੍ਰਿਟਿਸ਼ਰਸ? ਕਹਿੰਦੇ ਕਿੰਨਾ ਸਮਾਂ ਪੰਜਾਬ ਬ੍ਰਿਟਿਸ਼ਰਸ ਦਾ ਸਲੇਵ ਰਿਹਾ? ਆਪਸ਼ਨ ਸੀ 98 ਈਅਰਸ ਦੇ ਲਈ ਰਿਹਾ। ਨੈਕਸਟ ਹੈ, ਕਹਿੰਦੇ ਹੂ ਵਾਜ਼ ਰੂਲਰ ਆਫ ਪੰਜਾਬ ਐਟ ਦਾ ਟਾਈਮ ਆਫ ਮਰਜਰ ਆਫ ਪੰਜਾਬਸ ਟੂ ਬ੍ਰਿਟਿਸ਼ ਡੋਮੀਨੀਅਨ?
ਕਹਿੰਦੇ ਰੂਲਰ ਕੌਣ ਸੀ ਪੰਜਾਬ ਦਾ ਕਿਸ ਸਮੇਂ ਜਦੋਂ ਐਟ ਦਾ ਟਾਈਮ ਆਫ ਮਰਚਰ ਆਫ ਪੰਜਾਬ ਟੂ ਬ੍ਰਿਟਿਸ਼ ਡੋਮੀਨੀਅਨ ਕਹਿੰਦੇ ਜਦੋਂ ਪੰਜਾਬ ਨੂੰ ਬ੍ਰਿਟਿਸ਼ ਦੇ ਅੰਦਰ ਲਿਆਂਦਾ ਗਿਆ 1849 ਦਾ ਪੁੱਛਿਆ ਗਿਆ ਤਾਂ ਉਸ ਸਮੇਂ ਕੌਣ ਸੀ ਮਹਾਰਾਜਾ ਦਲੀਪ ਪੂਰੀ ਡਿਟੇਲ ਮੈਂ ਕਰਵਾ ਚੁੱਕੀ ਇਸ ਚੀਜ਼ ਦੀ ਨੈਕਸਟ ਹੈ ਕਹਿੰਦੇ ਹੂ ਇਸਟੈਬਲਿਸ਼ਡ ਕੰਪਨੀ ਬਾਏ ਨੇਮ ਗੁਰੂ ਨਾਨਕ ਨੈਵੀਗੇਸ਼ਨ ਕਹਿੰਦੇ ਗੁਰੂ ਨਾਨਕ ਨੈਵੀਗੇਸ਼ਨ ਦੇ ਨਾਮ ਦੇ ਉੱਤੇ ਕੰਪਨੀ ਕਿਸਨੇ ਬਣਾਈ ਸੀ ਉਹੀ ਜਿਹੜਾ ਓਨਰ ਸੀ ਕਾਮਾਗਾਟਾ ਮਾਰੂ ਬਾਬਾ ਗੁਰਦਿੱਤ ਜੀ ਕਿੱਥੋਂ ਦੇ ਸਨ ਅੰਮ੍ਰਿਤਸਰ ਸਾਹਿਬ ਦੇ ਨੈਕਸਟ ਹੈ ਲਾਸਟ ਕੁਐਸਚਨ ਅੱਜ ਦੀ ਸੀਰੀਜ਼ ਦਾ ਕਹਿੰਦੇ ਵਿਚ ਰੈਵੋਲਿਊਸ਼ਨਰੀ ਇਜ਼ ਨੋਨ ਐਜ਼ ਸ਼ਹੀਦੇ ਆਜ਼ਮ ਠੀਕ ਹੈ ਸ਼ਹੀਦੇ ਆਜ਼ਮ ਕਿਸ ਨੂੰ ਕਿਹਾ ਜਾਂਦਾ ਆਪਸ਼ਨ ਏ ਭਗਤ ਸਿੰਘ ਨੂੰ ਠੀਕ ਹੈ ਸ਼ਹੀਦ ਭਗਤ ਸਿੰਘ ਨੂੰ ਸ਼ਹੀਦੇ ਆਜ਼ਮ ਕਿਹਾ ਜਾਂਦਾ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਸੀਰੀਜ਼ ਅੱਜ ਦਾ ਲੈਕਚਰ ਹੁੰਦਾ ਹੈ ਕੰਪਲੀਟ ਅਗਰ ਤੁਹਾਨੂੰ ਸੀਰੀਜ਼ ਪਸੰਦ ਆ ਰਹੀ ਹੈ ਲਾਈਕ ਐਂਡ ਸ਼ੇਅਰ ਵੱਧ ਤੋਂ ਵੱਧ ਕਰ ਦਿਉ ਤਾਂ ਜੋ ਅਸੀਂ ਤੁਹਾਨੂੰ ਵੱਧ ਤੋਂ ਵੱਧ ਕੰਟੈਂਟ ਪ੍ਰੋਵਾਈਡ ਕਰਵਾ ਸਕੀਏ ਅਤੇ ਆਪਣੇ ਰਿਵਿਊਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਨੇ ਥੈਂਕ ਯੂ ਸੋ ਮੱਚ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ